ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਤੇਜਪਾਲ ਸਿੰਘ ਮਨਹਾਸ ਵੱਲੋਂ ਸਵਾਗਤ ਹੈ ਲੈ ਕੇ ਹਾਜ਼ਰ ਆ ਨਾ ਪ੍ਰੋਗਰਾਮ ਖਬਰ ਜੰਕਸ਼ਨ ਕਿਸਾਨ ਅੰਦੋਲਨ ਚੱਲ ਰਿਹਾ ਇੱਕ ਦੋ ਖਬਰਾਂ ਹੋਰ ਵੀ ਨਹੀਂ ਬਾਰ ਬਾਰ ਉਹੀ ਅਸੀਂ ਰੋਜ਼ ਕਹਿੰਦੇ ਆ ਉਹੀ ਗੱਲਾਂ ਚੱਲ ਰਹੀਆਂ ਨੇ ਤੇ ਗੱਲਾਂ ਕਰਨ ਵਾਲੇ ਵੀ ਉਹੀ ਨੇ ਸਰਦਾਰ ਨਰਿੰਦਰ ਸਿੰਘ ਸੱਤੀ ਆਏ ਬੈਠੇ ਆ ਉਹਨਾਂ ਨੂੰ ਜੀ ਆਇਆਂ ਕਹੀਏ ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਤੇਸਪਾਲ ਜੀ ਸੱਤੀ ਸਾਹਿਬ ਕਹਿੰਦੇ ਆ ਚੜੀ ਸਭ ਪੰਜਾਬ ਦੀ ਬਾਦਸ਼ਾਹੀ ਜੀ ਨਹੀਂ ਦਲਾਂ ਦਾ ਅੰਤ ਸ਼ੁਮਾਰਮੀਆਂ ਸ਼ਾ ਮੁਹੰਮਦਾ ਕਿਸੇ ਨੇ ਟਕਣਾ ਨਹੀਂ ਜੀ ਸਿੰਘ ਲੈਣਗੇ ਦਿੱਲੀ ਨੂੰ ਮਾਰਮੀਆਂ ਜੀ ਸ਼ਾ ਮੁਹੰਮਦ ਨੇ ਕਿਹਾ ਸੀ ਤੇ ਦਲ ਚੜੇ ਆ ਬੈਠੇ ਜਾ ਕੇ ਸਰਹਾਦ ਤੇ ਕਿਵੇਂ ਲੱਗਦਾ ਹੈ ਇਸ ਤਰ੍ਹਾਂ ਤੇਜਪਾਲ ਜੀ ਪੀ ਗੱਲ ਦਲਾਂ ਦੇ ਸੱਦੇ ਤੇ ਜੀ ਕਿਸਾਨਾਂ ਮਜ਼ਦੂਰਾ ਕਿਰਤੀਆਂ ਦੇ ਸੱਦੇ ਤੇ ਭਾਰਤ ਬੰਦ ਸੀ ਜੀ ਪੂਰੇ ਮੁਲਕ ਦੇ ਵਿੱਚ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਹੋਏ ਬੰਦ ਹੋਏ ਔਰ ਰੇਲ ਆਵਾਜਾਈ ਸੜਕੀ ਆਵਾਜਾਈ ਇੱਕ ਤਰ੍ਹਾਂ ਨਾਲ ਠੱਪ ਹੋ ਗਈ। ਬਸ ਸੱਡੇ ਰੇਲਵੇ ਸਟੇਸ਼ਨਾਂ ਤੇ ਸਨਮਸਾਨ ਪਸਰੀ ਸੀ। ਬਿਲਕੁਲ। ਬਾਜ਼ਾਰ ਬੰਦ ਸੀਗੇ। ਬੈਂਕਾਂ ਖੁੱਲੀਆਂ ਰਹੀਆਂ। ਜੀ। ਹੋਰ ਤਾਂ ਹੋਰ ਓਡੀਸ਼ਾ, ਝਾਰਖੰਡ, ਬਿਹਾਰ, ਮਹਾਰਾਸ਼ਟਰ ਵਰਗੇ ਸੂਬਿਆਂ ਦੇ ਵਿੱਚ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਜੀ। ਪੰਜਾਬ ਉਤਰੀ ਭਾਰਤ ਤਾਂ ਮੁਕੰਮਲ ਬੰਦ ਸੀ ਬਿਲਕੁਲ ਹਾਂ ਬੈਂਕਾਂ ਖੁੱਲੀਆਂ ਸੀ ਦਫ਼ਤਰ ਸਰਕਾਰੀ ਖੁੱਲੇ ਸੀ ਪਰ ਉਹਨਾਂ 'ਚ ਲੋਕਾਂ ਦਾ ਆਉਣ ਜਾਣ ਨਾ ਮਾਤਰ ਸੀਗਾ ਜੀ ਦੁਪਹਿਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਬੰਦ ਰਿਹਾ ਅ ਇੱਕਾ ਦੁਕਾ ਘਟਨਾਵਾਂ ਹੋਈਆਂ ਮਸਲਨ ਜਿਹੜਾ ਚੌਥੀ ਦੇ ਗੁਰਦੁਆਰੇ ਤੋਂ ਲੋਕ ਜਿਹੜੇ ਆ ਉਹ ਭਾਜਪਾ ਦੇ ਦਫ਼ਤਰ ਵੱਲ ਜਾਣਾ ਚਾਹੁੰਦੇ ਸੀ ਜੀ ਤਾਂ 33 34 ਦੀ ਜਿਹੜੀ ਕ੍ਰਾਸਿੰਗ ਆ ਉੱਥੇ ਬੈਰੀਕੇਡ ਲਾਏ ਜੀ ਹਾਲਾਂਕਿ ਬੈਰੀਕੇਡ ਪ੍ਰਦਰਸ਼ਨਕਾਰੀਆਂ ਨੇ ਤੋੜ ਦਿੱਤੇ ਤਾਂ ਅੱਗੇ ਵੱਧ ਗਿਆ ਭਾਜਪਾ ਦੇ ਦਫ਼ਤਰ ਦਾ ਜਾ ਕੇ ਘਰਾਉ ਕਰਦੇ ਨੇ ਫਿਰ ਚੰਡੀਗੜ੍ਹ ਦੇ ਐਸਐਸਪੀ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਂਦੇ ਆ ਤੇ ਫਿਰ ਉਹ ਉੱਥੋਂ ਉੱਠਦੇ ਨੇ ਠੀਕ ਹੈ ਇਸੇ ਤਰ੍ਹਾਂ ਜੈਪੁਰ ਦੇ ਵਿੱਚ ਸਤਾਤਾਰੀ ਜਿਹੜੀ ਕਾਂਗਰਸ ਆ ਉਹਦੇ ਵਰਕਰਾਂ ਤੇ ਭਾਜਪਾ ਵਰਕਰਾਂ ਦੇ ਦਰਮਿਆਨ ਮੂਲੀ ਟਕਰਾਅ ਹੋਇਆ ਪਰ ਕੁੱਲ ਮਿਲਾ ਕੇ ਇਹਨਾਂ ਦੋ ਘਟਨਾਵਾਂ ਨੂੰ ਛੱਡ ਕੇ ਦੇਸ਼ ਦੇ ਵਿੱਚ ਅਮਨ ਅਮਾਨ ਦੇ ਨਾਲ ਇਹ ਜਿਹੜਾ ਬੰਦ ਉਹ ਸਮਾਪਤ ਹੋ ਗਿਆ ਜੀ ਤਾਂ ਜਿਹੜੀਆਂ ਦੇਖਣ ਵਾਲੀਆਂ ਗੱਲਾਂ ਭਈ ਦੇਖੋ ਜਿਹੜਾ ਨਾ ਇਹਦੇ ਦੌਰਾਨ ਹੀ ਜਿਹੜੇ ਪੱਪਾ ਵਾਲੇ ਨੇ ਜਾਂ ਕੇਂਦਰੀ ਹਾਕਮਾ ਸਾਡੇ ਉਹਨਾਂ ਨੇ ਇੱਕ ਪ੍ਰਸਤਾਵ ਪੇਜ ਆ ਕਿਸਾਨਾਂ ਨੂੰ ਪਹਿਤੇ ਗੱਲਬਾਤ ਹੋ ਸਕਦੀ ਆ ਜੀ ਤੇ 13 ਆਗੂ ਜਿਹਦੇ ਵਿੱਚ ਪੰਜਾਬ ਦੇ ਪੰਜ ਆਗੂ ਰਾਜੀਵਾਲ ਸਾਹਿਬ ਲਖੋਵਾਲ ਹੁਰੀ ਹਰਿੰਦਰ ਲਖਵਾਲ ਜੀ ਡਾਕਟਰ ਦਰਸ਼ਨਪਾਲ ਹੁਰੀ ਜੀ ਤੇ ਬਾਕੀ ਭਾਰਤ ਦੇ ਇਸ ਤਰ੍ਹਾਂ ਕੁੱਲ ਮਿਲਾ ਕੇ 11 ਕਿਸਾਨ ਆਗੂ ਜਿਹੜੇ ਆ ਉਹ ਜਾਂਦੇ ਆ ਜੀ ਤਾਂ ਮਾਂ ਜੋ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਹੁਣੀ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਿਸਾਨ ਆਗੂਆਂ ਨੂੰ ਮਿਲਿਆ ਜਾਵੇ ਮੈਂ ਇੱਕ ਗੱਲ ਹੋਰ ਕਹਿਣਾ ਵੀ ਉਹਨਾਂ ਨੂੰ ਵੇਲ ਮਿਲਿਆ ਪਹਿਲੀ ਵਾਰੀ ਦੁਕਾਨਾਂ ਨੂੰ ਵੀ ਮਿਲਿਆ ਜੀ ਜੀ ਤਾਂ ਪਹਿਲਾਂ ਤਾਂ ਕਹਿੰਦੇ ਜੀ ਆਪਣੀ ਰਹਾਇਸ਼ ਤੇ ਰਹਾਇਸ਼ ਤੇ ਜਦੋਂ ਤੁਰਦੇ ਆ ਕਿਸਾਨ ਆਗੂ ਸਿੰਘੂ ਬਾਰਡਰ ਤੋਂ ਤਾਂ ਥਾਂ ਥਾਂ ਪੁਲਿਸ ਉਹਨਾਂ ਨੂੰ ਰੋਕਦੀ ਆ ਪੁੱਛਗਿੱਛ ਕਰਦੀ ਆ ਪਹਿਲਾਂ ਤਾਂ ਉਤੋਂ ਹੀ ਖਫਾ ਹੋ ਗਏ ਜੀ ਫਿਰ ਉਹ ਕਹਿੰਦੇ ਵੀ ਅਸੀਂ ਰਹਾਇਸ਼ ਤੇ ਕਿਉਂ ਜਾਈਏ ਫਿਰ ਇੱਕ ਸਰਕਾਰੀ ਗੈਸਟ ਹਾਊਸ ਤੇ ਮੁਲਾਕਾਤ ਹੁੰਦੀ ਆ ਜੀ ਤੇ ਉਹ ਮੀਟਿੰਗ ਵੀ ਜਿਹੜੀ 1 ਘੰਟਾ ਪਛੜ ਕੇ 7 ਵਜੇ ਹੋਣੀ ਸੀ 8 ਵਜੇ ਸ਼ੁਰੂ ਹੁੰਦੀ ਆ ਅੱਛਾ ਇਹਦੇ ਚ ਨਾ ਇਹ ਜਿਹੜੀ ਗੱਲ ਕਰਦੇ ਆ ਜਿਹੜੇ ਬੇਸਿਕਲੀ ਹੋਇਆ ਕੀ ਸੀ ਜਿਹੜੇ ਸਰਦਾਰ ਰੁਲਦਾ ਸਿੰਘ ਮਾਨਸਾ ਹੋਣੀ ਹੈ ਜੀ ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ ਜੀ ਉਹਨਾਂ ਨੂੰ ਕਿਹਾ ਤੁਸੀਂ ਆਪਣਾ ਝੰਡਾ ਉਤਾਰੋ ਬਿਲਕੁਲ ਜਿਸ ਗੱਲ ਤੋਂ ਖਫਾ ਹੋਏ ਹਾਂਜੀ ਫੇਰ ਸਰਦਾਰ ਰੋਦਾ ਸਿੰਘ ਹੁਣੀ ਇਹ ਗੱਲ ਕਹਿੰਦੇ ਆ ਕਹਿੰਦੇ ਅਸਲ ਦੇ ਵਿੱਚ ਇਹ ਚਾਹੁੰਦੇ ਸੀ ਵੀ ਅਸੀਂ ਅਲੱਗ-ਅਲੱਗ ਹੋ ਜਾਈਏ ਇਸੇ ਕਰਕੇ ਇਹ ਭੰਬਲ ਭੂਸੇ ਦੀ ਸਿਚੁਏਸ਼ਨ ਜਿਹੜੀ ਪੈਦਾ ਕੀਤੀ ਗਈ ਤੇ ਥੋੜੇ ਬੰਦਿਆਂ ਨਾਲ ਗੱਲ ਕਰ ਲਈਏ ਉਹ ਤਾਂ ਪਹਿਲੇ ਦਿਨ ਤੋਂ ਇਹ ਵੰਡਣਾ ਚਾਹੁੰਦੇ ਆ ਜੂਨੀਨਿਸਟਾਂ ਨੂੰ ਜਿਹੜੇ ਆਗੂ ਨੇ ਵੀ ਦੋ ਤਰ੍ਹਾਂ ਉਧਰ ਹੋਣ ਦੋ ਤਰ੍ਹਾਂ ਉਧਰ ਹੋਣ ਪਾੜ ਪਾਈਏ ਤੇ ਆਪਣਾ ਫਾਇਦਾ ਲਈਏ ਠੀਕ ਹੈ ਨਾ ਤਾਂ ਉਹ ਪਰ ਕਿਸਾਨ ਆਗੂ ਸਾਡੇ ਬਹੁਤ ਜਿਹੜੇ ਆ ਉਹ ਔਖਿਆ ਸਮਿਆਂ ਚੋਂ ਲੰਘ ਕੇ ਆਏ ਹੋਏ ਆ ਜੀ ਉਹਨਾਂ ਨੇ ਆਪਣੇ ਪਿੰਡੇ ਤੇ ਧੁੱਪਾਂ ਛਾਵਾਂ ਜਰੀਆਂ ਹੋਈਆਂ ਤੇ ਉਹ ਘੋੜਾਂ ਚੋਂ ਨਿਕਲ ਕੇ ਆਏ ਨੇ ਲੋਕ ਹਨਾ ਪੜ੍ਹੇ ਲਿਖੇ ਆਗੂ ਆ ਸਾਡੇ ਉਹ ਇਹਨਾਂ ਦੀਆਂ ਚਾਲਾਂ 'ਚ ਆਉਣ ਵਾਲੇ ਨਹੀਂ ਜੀ ਤਾਂ ਉਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ ਜਿਵੇਂ ਪਹਿਲਾਂ ਕਹਿੰਨੇ ਆ ਕਿ ਉਹਨਾਂ ਨੂੰ ਸਮਝਾਉਣ ਲੱਪੇਂਦੇ ਨੇ ਚਾਹੇ ਉਹ ਅਮਿਤ ਸ਼ਾਹ ਹੁਣੀ ਹੋਣ ਚਾਹੇ ਉਹ ਨਰਿੰਦਰ ਤੋਮਰ ਹੁਣੀ ਹੋਣ ਦੂਸਰਾ ਇੱਕ ਬੰਨੇ ਤਾਂ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਬਿਲਕੁਲ ਦੂਜੇ ਬੰਨੇ ਨਰਿੰਦਰ ਤੋਮਰ ਹੋਰੀ ਕਹਿ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਕਿ ਭਾਈ ਜੇ ਕਿਸਾਨਾਂ ਦਾ ਇਦਾਂ ਹੀ ਰਿਹਾ ਤੇ ਸਾਨੂੰ ਨਜੱਠਣਾ ਵੀ ਆਉਂਦਾ ਹਾਂ ਬਿਲਕੁਲ ਸੋ ਤੁਸੀਂ ਦੇਖੋ ਇੱਕ ਬੰਨੇ ਸਰਕਾਰ ਧਮਕੀ ਭਰੀ ਭਾਸ਼ਾ ਵਰਤ ਰਹੀ ਆ ਦੂਜੇ ਬੰਨੇ ਗੱਲਬਾਤ ਲਈ ਸੱਤ ਰਹੀ ਆ ਸੋ ਇਤੋਂ ਜਿਹੜਾ ਤੁਸੀਂ ਕੀ ਸਟਾ ਕੱਢੋਂਗੇ ਅੱਛਾ ਇਹਦੇ ਚ ਨਰਿੰਦਰ ਤੋਮਰ ਹੁਣੀ ਜਿਹੜੀ ਕੱਲ ਗੱਲ ਕਹੀ ਆ ਜੀ ਇੱਕ ਤਾਂ ਉਹ ਨਹੀਂ ਕਿਹਾ ਪਈ ਇਹ ਰਾਜਕ ਲੋਕਾਂ ਦਾ ਅੰਦੋਲਨ ਹੈ ਜੀ ਦੂਜੀ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਆ ਕਿ ਕਿਸਾਨਾਂ ਦਾ ਇਹ ਬੰਦ ਹੀ ਨਹੀਂ ਹੈਗਾ ਇਹ ਤਾਂ ਰਾਜਨੀਤਿਕ ਪਾਰਟੀਆਂ ਦਾ ਬੰਦ ਹੈ ਇੱਕ ਪਾਸੇ ਤਾਂ ਉਹ ਚਾਹੁੰਦੇ ਆ ਕਿ ਕਿਸਾਨ ਸਾਡੇ ਨਾਲ ਗੱਲ ਕਰਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦੂਜੇ ਪਾਸੇ ਉਹਨਾਂ ਦੇ ਇਹੋ ਜਿਹੇ ਬਿਆਨ ਨਹੀਂ ਰੁਕ ਰਹੇ ਤੀਜਾ ਜਦੋਂ ਮੀਟਿੰਗ ਹੋਈ ਆ ਤਾਂ ਨਰਿੰਦਰ ਤੋਮਰ ਸਾਹਿਬ ਉੱਥੇ ਅੰਦਰ ਬੈਠੇ ਸੀਗੇ ਜਦੋਂ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਇਹ ਰਾਜੇਵਾਲ ਸਾਹਿਬ ਹੁਣ ਕਿਹਾ ਕਹਿੰਦੇ ਉਹ ਨਹੀਂ ਸਾਨੂੰ ਸਮਝਾਉਣਾ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਗੱਲਾਂ ਅਸੀਂ ਸਾਰੀਆਂ ਤੋਮਰ ਸਾਹਿਬ ਨਾਲ ਕਰ ਚੁੱਕੇ ਆ ਤੇ ਤੋਮਰ ਸਾਹਿਬ ਕਹਿੰਦੇ ਉਹ ਤੋਂ ਵੀ ਮੁਕਰ ਗਏ ਜੀ ਹਾਂ ਇਹੀ ਗੱਲ ਆ ਨਾ ਪੇ ਤੁਸੀਂ ਕਹਿੰਦੇ ਹੁੰਦੇ ਮਰਗਸ ਦਾ ਤਾਂ ਮੁੱਕਰ ਗਿਆ ਦਾ ਕੀ ਫਰਕ ਹੈਗਾ ਸੋ ਜਦ ਉਹ ਸਰਕਾਰ ਚਾਲਬਾਜ਼ੀਆਂ ਤੇ ਆ ਗਈ ਠੀਕ ਹੈ ਫਿਰ ਤੁਸੀਂ ਦੇਖੋ ਵੀ ਹੁਣ ਪਹਿਲਾਂ ਤਾਂ ਸਮਝਾ ਰਹੇ ਆ ਕਿ ਇਹ ਜਿਹੜੇ ਕਾਨੂੰਨ ਆ ਤੁਹਾਡੇ ਬਹੁਤ ਫਾਇਦੇ ਤੇ ਯਾਰ ਇੰਨਾ ਵੀ ਕੀ ਫਾਇਦਾ ਕਰਨਾ ਹੋਇਆ ਜੀ ਠੀਕ ਹੈ ਜਦ ਫਾਇਦਾ ਲੈਣ ਵਾਲਿਆਂ ਨੂੰ ਨਹੀਂ ਫਾਇਦਾ ਮਤਲਬ ਦਿਸਦਾ ਤੇ ਉਹ ਸਰਕਾਰ ਦਾ ਫਾਇਦਾ ਕਰਨ ਤੇ ਆ ਤਾਰੂਗਾ ਫਿਰ ਹੁਣ ਕਾਂਗਰਸ ਦੇ ਸਿਰ ਮੰਨ ਲਾਪੈ ਤੇ ਇਹ ਤਾਂ ਪਾਈ ਉਹਨਾਂ ਨੇ ਬੀਜ ਪੀਜੇ ਸੀ ਸਰਦ ਪਵਾਰ ਵੇਲੇ ਤੇ ਅਸੀਂ ਤਾਂ ਉਹਨਾਂ ਨੂੰ ਹੀ ਅੱਗੇ ਵਧਾ ਰਹੇ ਹਾਂ ਜੀ 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 ਇੱਕ ਸੋ ਇਹਨੂੰ ਕਿੱਦਾਂ ਦੇਖਿਆ ਜਾਵੇ ਵੀ ਇਹ ਜਿਹੜੀਆਂ ਸਾਰੀਆਂ ਸਿਆਸੀ ਧਿਰਾਂ ਆ ਚਿਹਰਾ ਇੱਕੋ ਹੀ ਆ ਉਹਦੇ ਤੇ ਸਿਰਫ ਮਾਸਕ ਜਿਹੜੇ ਆ ਉਹ ਅੱਡ ਅੱਡ ਲਾਉਂਦੇ ਆ ਵੀ ਪਹਿਲਾਂ ਕਾਂਗਰਸ ਦਾ ਸੀ ਹੁਣ ਭਾਜਪਾ ਦਾ ਹੈਗਾ ਹਣਾ ਜੀ ਤਾਂ ਇਹਦੇ ਦੌਰਾਨ ਜੰਤਰ ਮੰਤਰ ਤੇ ਪੰਜਾਬ ਦੇ ਕਾਂਗਰਸੀ ਐਮਪੀ ਬੈਠੇ ਨੇ ਰਾਹੁਲ ਗਾਂਧੀ ਹੁਰੀ ਹਮਾਇਤ ਕੀਤੀ ਆ ਸੁਖਨਾ ਕੱਲ ਸਾਡੇ ਅੰਨਾ ਹਜ਼ਾਰੇ ਹੁਰੀ ਵੀ ਰਾਜਾ ਸਿੱਧੀ ਦੇ ਵਿੱਚ ਜਾਗ ਪਿਆ ਤੇ ਇੱਕ ਦਿਨ ਦੀ ਜਿਹੜੀ ਉਹਨਾਂ ਨੇ ਭੁੱਖ ਹੜਤਾਲ ਕੀਤੀ ਆ ਤੇ ਨਾਲ ਇਹ ਵੀ ਕਹਿਤਾ ਵੀ ਇਹ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲੇ ਹੈ ਨਾ ਸਤੀ ਸਾਹਿਬ ਜਿਹੜੀ ਅੰਨਾ ਹਜ਼ਾਰੇ ਵਾਲੀ ਗੱਲ ਆਪਾਂ ਜਦੋਂ ਥੋੜੀ ਜੀ ਕਰ ਲਈਏ ਜੀ ਅੰਨਾ ਹਜ਼ਾਰੇ ਜਦੋਂ ਉਹਨੇ ਅੰਦੋਲਨ ਕੀਤਾ ਬੜੇ ਲੋਕ ਉਹਨਾਂ ਨਾਲ ਜੁੜੇ ਸੀ ਲੋਕਾਂ ਨੂੰ ਲੱਗਦਾ ਸੀ ਪਈ ਇਹ ਨਾ ਬੜਾ ਵਧੀਆ ਅੰਦੋਲਨ ਹੈ ਸ਼ਾਇਦ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਮੁੱਕ ਜੇ ਜੀ ਹੋਇਆ ਕਿ ਬੀਜੇਪੀ ਦੀ ਗਵਰਨਮੈਂਟ ਬਣ ਗਈ ਅੰਨਾ ਹਜ਼ਾਰੇ ਹੁਣੀ ਜਾ ਕੇ ਕਿਤੇ ਡੂੰਗੇ ਹਾਂਜੀ ਨੀਂਦ ਪੂਰੀ ਕਰਨ ਲੱਗ ਪਿਆ ਆਪਣੇ ਠੀਕ ਆ ਡਾਰਮੈਂਸੀ ਵਿੱਚ ਚੱਲ ਜਾਂਦੀਆਂ ਨੇ ਜਿਦਾਂ ਚੁੱਝਾਂ ਸਿਆਲਾਂ ਚ ਹਾਂ ਮੁਰਕੇ ਉੱਠੇ ਨਹੀਂ ਜੀ ਠੀਕ ਆ ਹੁਣ ਅਚਾਨਕ ਜਦੋਂ ਲੋਕ ਉੱਠੇ ਆ ਤੇ ਉਹ ਚ ਅੰਨਾ ਹਜ਼ਾਰੇ ਵੀ ਜਾਗ ਪਏ ਆ ਕੀ ਇਹ ਕਿਸੇ ਤਰ੍ਹਾਂ ਇਹਨਾਂ ਦਾ ਧਿਆਨ ਲੋਕਾਂ ਦਾ ਧਿਆਨ ਭਟਕਾਉਣ ਲਈ ਤੇ ਨਹੀਂ ਅੰਨਾ ਹਜ਼ਾਰੇ ਨੂੰ ਫੇਰ ਇਹ ਬੀਜੇਪੀ ਵਾਲੇ ਮੋਰੇ ਕਰਦੇ ਕੋਈ ਵੱਡੀ ਗੱਲ ਨਹੀਂ ਸਾਡੀ ਇਸ ਵੇਲੇ ਜਿਹੜੀ ਕੇਂਦਰੀ ਹਕੂਮਤ ਆ ਉਹ ਅੰਨਾ ਹਜ਼ਾਰੇ ਦੇ ਘੋਲ ਵਿੱਚੋਂ ਨਿਕਲੀ ਹੋਈ ਹਕੂਮਤ ਆ ਬਿਲਕੁਲ ਇਹ ਸਾਰੇ ਲੀਡਰ ਜਿਹੜੇ ਆ ਉਦੋਂ ਹੀ ਅੱਗੇ ਨਿਕਲ ਕੇ ਆਏ ਨੇ ਜੀ ਔਰ ਭਾਵੇਂ ਉਹ ਕੇਜਰੀਵਾਲ ਸਾਹਿਬ ਹੋਣੀ ਹੋਣ ਅਰਵਿੰਦ ਕੇਜਰੀਵਾਲ ਹੋਰੀ ਹੋਣ ਆ ਉਹ ਇਹ ਸਾਰੇ ਲੋਕ ਉਹਨਾਂ ਦੇ ਅੰਦੋਲਨ ਦੀ ਪੈਦਾਵਾਰ ਆ ਜੀ ਕਈ ਵਾਰੀ ਇਦਾਂ ਲੱਗਦਾ ਵੀ ਜਿਹੜਾ ਉਹ ਕੱਲ ਅਚਾਨਕ ਉਹਨਾਂ ਨੂੰ ਕਿੱਥੋਂ ਜਾਗ ਆ ਗਈ ਅਚਾਨਕ ਕਿਦਾਂ ਮਤਲਬ ਉਹਨਾਂ ਨੇ ਆਪਣੀ ਚੁੱਪ ਤੋੜੀ ਆ ਤੇ ਇਹ ਭਾਜਪਾ ਦੀ ਇੱਕ ਸਾਜ਼ਿਸ਼ ਹੋਵੇ ਸਾਡੀ ਕੇਂਦਰੀ ਸਰਕਾਰ ਦੀ ਇੱਕ ਸਾਜ਼ਿਸ਼ ਹੋਵੇ ਵੀ ਉਹਨਾਂ ਨੂੰ ਅੱਗੇ ਲਿਆਉਣਗੇ ਪਰ ਤੇਜਪਾਲ ਜੀ ਭਾਜਪਾ ਨੂੰ ਤੇ ਕੇਂਦਰੀ ਹਕੂਮਤ ਨੂੰ ਹੁਣ ਤੱਕ ਇਹ ਸਮਝ ਆ ਜਾਣੀ ਚਾਹੀਦੀ ਆ ਪੇ ਸਾਡੇ ਕਿਸਾਨ ਆਗੂ ਸੱਜੇ ਕੀਤੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਉਹਨਾਂ ਨੇ ਤਾਂ ਦੀਪ ਸਿੱਧੂ ਵਰਗਿਆਂ ਨੇ ਜਿਨੇ ਖੁਦਮਖਤਾਰੀ ਦੀ ਗੱਲ ਕੀਤੀ ਉਹਨੂੰ ਮੁੜ ਕੇ ਆਪਣੀ ਸਟੇਜ ਤੇ ਨਹੀਂ ਚੜ੍ਹਣ ਦਿੱਤਾ ਜੀ ਗੁਰਦਾਸ ਮਾਨ ਨੂੰ ਨਹੀਂ ਉੱਥੇ ਫੜਕਣ ਦਿੱਤਾ ਠੀਕ ਹੈ ਸੋ ਉਹ ਜਿਹੜੇ ਲੋਕ ਆ ਉਹ ਇੰਨੀ ਛੇਤੀ ਇਹਨਾਂ ਦੇ ਪੱچے ਵਿੱਚ ਆਉਣ ਵਾਲੇ ਨਹੀਂ ਪਰ ਬਿਨਾਂ ਸ਼ੱਕ ਇਹ ਭਾਜਪਾ ਦੀ ਇੱਕ ਚਾਲ ਹੋ ਸਕਦੀ ਆ ਜੀ ਇੱਕ ਪਾਸੇ ਤੇ ਜਦੋਂ ਕਿਸਾਨ ਕਹਿ ਰਹੇ ਅਸੀਂ ਗੱਲ ਨਹੀਂ ਕਰਨੀ ਸਾਨੂੰ ਯੈਸ ਔਰ ਨੋ ਦੇ ਵਿੱਚ ਆਨਸਰ ਦਿਓ ਜੀ ਦੂਜੇ ਪਾਸੇ ਭਾਜਪਾ ਦੇ ਸਾਰੇ ਬੰਦੇ ਚਾਹੇ ਉਹਦੇ ਸਮ੍ਰਿਤੀ ਅਰਾਨੀ ਹੋਵੇ ਚਾਹੇ ਪ੍ਰਕਾਸ਼ ਜਾਵੜੇਕਰ ਜੀ ਹੋਣੀ ਹੋਣ ਚਾਹੇ ਰਵੀ ਸ਼ੰਕਰ ਪ੍ਰਸਾਦ ਜੀ ਹੋਣ ਜੀ ਉਹ ਸਾਰੇ ਲੋਕਾਂ ਨੂੰ ਕਿਸਾਨ ਬਿੱਲ ਐਨੇ ਕਿਹੋ ਕਾਨੂੰਨ ਐਨੇ ਕ ਸਮਝ ਆ ਗਏ ਆ ਤੇ ਉਹ ਇਹ ਬਿਆਨ ਦੇ ਰਿਹਾ ਕਿ ਜੀ 95% ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਪਤਾ ਆ ਇਹ 5% ਲੋਕ ਆ ਕਹਿੰਦੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਸਾਨੂੰ ਤਾਂ ਕਹਿੰਦੇ ਕਿਸਾਨ ਬਿੱਲ ਜਿਹੜੇ ਆ ਇਹ ਬਹੁਤ ਚੰਗੇ ਲੱਗਦੇ ਆ ਹੁਣ ਦੂਜੇ ਪਾਸੇ ਜਿਹੜੇ ਕਿਸਾਨ ਆ ਉਹ ਕਹਿ ਰਹੇ ਆ ਕਿ ਜਿਹੜੇ ਗਮਲੇ ਚ ਤુલਸੀ ਬੀਜਣ ਵਾਲੇ ਆ ਉਹ ਸਾਨੂੰ ਕਿਸਾਨਾਂ ਬਾਰੇ ਸਮਝਾਉਣਗੇ ਬਿਲਕੁਲ ਤੇ ਇਹ ਕਿਉਂ ਹੋ ਰਿਹਾ ਮਤਲਬ ਇੱਕ ਡਬਲ ਗੇਮ ਖੇਡੀ ਜਾ ਰਹੀ ਆ ਕਿਸਾਨਾਂ ਨਾਲ ਬੇਸ਼ੱਕ ਇਹ ਗੇਮ ਖੇਡੀ ਜਾ ਰਹੀ ਆ ਪਰ ਤੇਜਪਾਲ ਜੀ ਕਿਸਾਨ ਨਾ ਉਹ ਇਨੇ ਚਿਰ ਤੋਂ ਅੰਦੋਲਨ ਕਰ ਰਹੇ ਆ ਸਰਕਾਰ ਦੀ ਤੁਸੀਂ ਅੜੀ ਦੇਖੋ ਪਹਿਲਾਂ ਗੱਲਬਾਤ ਲੈਣੀ ਤਿਆਰ ਹੁੰਦੀ ਚਾਰ ਪੰਜ ਗੇੜ ਗੱਲਬਾਤ ਦੇ ਨਿਕਲ ਜਾਂਦੇ ਆ ਅੰਤ ਜਿਹੜੀ ਗੱਲਬਾਤ ਹੁੰਦੀ ਆ ਹੁਣ ਅੱਜ ਹੋਣੀ ਸੀ ਉਤੋਂ ਕਿਸਾਨ ਜਿਹੜੇ ਆ ਅੱਜ ਮੀਟਿੰਗ ਚੱਲ ਰਹੀ ਆ ਅੱਜ ਵਾਲੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਠੀਕ ਆ ਮਤਲਬ ਇਨਕਾਰ ਕਰ ਦਿੱਤਾ ਉਹਨਾਂ ਨੇ ਫਿਰ ਸਰਕਾਰ ਪਹਿਲੇ ਦਿਨ ਤੋਂ ਟੀਟਤਾਈ ਵਾਲਾ ਰਵਈਆ ਅਪਣਾਇਆ ਹੋਇਆ ਵੀ ਕੀ ਕਰ ਲੈਣਗੇ ਆਮ ਤੌਰ ਤੇ ਇਦਾਂ ਹੀ ਸਮਝਿਆ ਜਾਂਦਾ ਸੀ ਵੀ ਕੀ ਕਰ ਲੈਣਗੇ ਬਿਲਕੁਲ ਕੱਲ ਕਿਸੇ ਨੇ ਕਿਤੇ ਸੋਸ਼ਲ ਮੀਡੀਆ ਤੇ ਪਾਇਆ ਸੀ ਵੀ ਭਾਈ ਜਿਹੜੇ ਅੱਗੇ ਲੱਗੇ ਨੇ ਉਹ ਪੰਜਾਬੀ ਆ ਪੇ ਇਹ ਤਾਂ ਘਰੋਂ 10 ਮਿੰਟਾਂ ਦਾ ਕਹਿ ਕੇ ਨਾ ਵੀ 10 ਕਮਿੰਟਾਂ ਚ ਆਏ ਤੇ ਆਥਣੇ ਮੁੜਦੇ ਆ ਜੀ ਤੇ ਹੁਣ ਤਾਂ ਉਹ 6 ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਆ ਤੇ ਪਿੱਛੋਂ ਰਾਸ਼ਨ ਦੀ ਸਪਲਾਈ ਜਿਹੜੀ ਉਹ ਲਗਾਤਾਰ ਅਟੁੱਟ ਹੈਗੀ ਆ ਤੇ ਇਹ ਮੁੰਨ ਵਾਲੇ ਨਹੀਂ ਜੀ ਸੋ ਦੇਖੋ ਆਖਰੀ ਮੀਟਿੰਗ ਜਿਹੜੀ ਹੁੰਦੀ ਆ ਉਹਦੇ ਵਿੱਚ ਮਾਈਕ ਡਾਊਨ ਕਰ ਲਏ ਜਾਂਦੇ ਆ ਉਹਦੇ ਵਿੱਚ ਕੁਰਸੀਆਂ ਪਿੱਛੇ ਹਟਾ ਕੇ ਬੈਠ ਜਾਂਦੇ ਆ ਤੇ ਸਿਰ ਥੱਲੇ ਕਰਕੇ ਉਹ ਆਪਣੇ ਗਲਾਂ 'ਚ ਤਕਤੀਆਂ ਪਾ ਲੈਂਦੇ ਵੀ ਜੈਸੌਰ ਨੂੰ ਫੇਰ ਉਹੀ ਗੱਲ ਫਿਰ ਕਾਨੂੰਨ ਸਮਝਾਉਣ ਲੱਪੈਂਦੇ ਆ ਠੀਕ ਆ ਜਦ ਕਿਸਾਨ ਇੱਕ ਵਾਰੀ ਕਹਿ ਚੁੱਕੇ ਵੀ ਜੈਸ ਔਰ ਨੋ ਕਰੋ ਵੀ ਵਾਪਸ ਲੈਣਿਆਂ ਦਾ ਨਹੀਂ ਲੈਂਦੇ ਫਿਰ ਉਤੋਂ ਅੱਗੇ ਗੱਲਬਾਤ ਦੀ ਕਿਹੜੀ ਲੋੜ ਰਹਿ ਜਾਂਦੀ ਆ ਫਿਰ ਇਹ ਸਮਝੌਤੀਆਂ ਜਿਹੜੀਆਂ ਆ ਨਾ ਇਹ ਅਨਪੜਾਂ ਨੂੰ ਜਾਂ ਘੱਟ ਸੋਝੀ ਰੱਖਣ ਵਾਲਿਆਂ ਨੂੰ ਕੀਤੀਆਂ ਜਾਂਦੀਆਂ ਪੜਿਆਂ ਲਿਖਿਆਂ ਨੂੰ ਸਮਝੌਤੀਆਂ ਦੀ ਲੋੜ ਨਹੀਂ ਹੁੰਦੀ ਜੀ ਸੋ ਸਰਕਾਰ ਅਜੇ ਵੀ ਪਿੱਛੇ ਮੁੜੇ ਤਾਂ ਬਿਹਤਰ ਹੋਵੇਗਾ ਜੀ ਦੂਸਰਾ ਅ ਇੱਕ ਈਸ਼ਵਰ ਚਿੱਤਰਕਾਰ ਸਾਡੇ ਸ਼ਾਇਰ ਨੇ ਉਹ ਕਹਿੰਦੇ ਆ ਵੀ ਮਲਾਹਾ ਤੋਂ ਜਿਹੜੀ ਨਾ ਸਰਕੀ ਜਰਾ ਵੀ ਜੀ ਤੂਫਾਨਾਂ ਨੇ ਲਾਈ ਉਹ ਬੇੜੀ ਕਿਨਾਰੇ ਬਿਲਕੁਲ ਸੋ ਜਦੋਂ ਤੂਫਾਨ ਉੱਠਦੇ ਆ ਨਾ ਤੇ ਬੇੜੀਆਂ ਜਿਹੜੀਆਂ ਉਹ ਕਈ ਵਾਰੀ ਧੱਕ ਕੇ ਕਿਨਾਰਿਆਂ ਵੱਲੋਂ ਲੈ ਜਾਂਦੀਆਂ ਜਿਹੜੇ ਮੰਜ ਧਾਰ ਚ ਫਸੀਆਂ ਹੁੰਦੀਆਂ ਬਿਲਕੁਲ ਸੋ ਅੱਜ ਜਿਹੜੀ ਜੇ ਗੱਡਾ ਲੱਗਦਾ ਵੀ ਚਿੱਕੜ ਚ ਫਸੀ ਹੋਈ ਆ ਜਾਂ ਸਰਕਾਰ ਜਿਹੜੀ ਆ ਉਸ ਗੱਡ ਨੂੰ ਕੱਢਣ ਲਈ ਤਿਆਰ ਨਹੀਂ ਤਾਂ ਉਹ ਗੱਡ ਕਈ ਵਾਰੀ ਤੂਫਾਨ ਜਿਹੜੇ ਹੁਣ ਉੱਠ ਕੇ ਖੜੇ ਹੋਏ ਨੇ ਸੋ ਇੱਕ ਹੋਰ ਕਿਤੇ ਸੋਸ਼ਲ ਮੀਡੀਆ ਤੇ ਆ ਰਿਹਾ ਸੀ ਵੀ ਅਸੀਂ ਤਾਂ ਭਾਈ ਜਿਹੜਾ ਸਾਡਾ ਗੁਸਾਇਆ ਉਹ ਤਾਂ ਹੁਣ ਇਸ ਵੇਲੇ ਸਿਕਰ ਤੇ ਆ ਤੇ ਇਹ ਤੋਂ ਕਾ ਕੀ ਹੋਏਗਾ ਜੀ ਸੋ ਅਜੇ ਤੱਕ ਵੀ ਸਰਕਾਰ ਜਿਹੜੀ ਆ ਕਿਸਾਨਾਂ ਦਾ ਸਬਰ ਪਰਖੀ ਜਾਂਦੀ ਆ ਠੀਕ ਆ ਅਜੇ ਤੱਕ ਵੀ ਉਹਨਾਂ ਚ ਦਫੇੜ ਪਾਉਣ ਦੀਆਂ ਚਾਲਾਂ ਚੱਲ ਰਹੀ ਆ ਅਗਲੀ ਗੱਲ ਇਹ ਕਿ ਉਥੇ ਜਿਹੜੀ ਲੋਕਾਂ ਦੀ ਸ਼ਮੂਲੀਅਤ ਆ ਵੱਖ-ਵੱਖ ਬਾਰਡਰਾਂ ਤੇ ਟਿਕਰੀ ਆਪਣੇ ਗਾਜ਼ੀਪੁਰ ਸਿੰਘੂ ਬਾਰਡਰ ਲੋਕਾਂ ਦੀ ਛੂਲੀਅਤ ਦਿਨ-ਬਦਨ ਉੱਥੇ ਵੱਧ ਰਹੀ ਹੈ ਹਾਂ ਅੱਛਾ ਇਹਦੇ ਵਿੱਚ ਜਿਹੜੀ ਕੱਲ ਦੀ ਮੀਟਿੰਗ ਜਿਹੜੀ ਆ ਪਹਿਲੀ ਗੱਲ ਤੇ ਉਹ ਜਿਹੜੀ ਆ ਉਹਦੇ ਵਿੱਚ ਕੋਈ ਫਾਰਮਲ ਮੀਟਿੰਗ ਨਹੀਂ ਉਹਨੂੰ ਆਪਾਂ ਕਹਿ ਸਕਦੇ ਕਿਉਂਕਿ ਸਾਰੇ ਕਿਸਾਨ ਜਿਦਾ ਰਾਜੇਵਾਲ ਸਾਹਿਬ ਵੀ ਹੋਰਾਂ ਨੇ ਵੀ ਕਿਹਾ ਕਿਉਂਕਿ ਅਚਾਨਕ ਹੀ ਉਹਨਾਂ ਨੂੰ ਬੁਲਾ ਲਿਆ ਗਿਆ ਜੀ ਉਹਦੇ ਵਿੱਚ ਕੁਝ ਚੀਜ਼ ਫਿਸ਼ੀ ਵੀ ਲੱਗੀ ਥੋੜੀ ਜਿਹੀ ਕਿ ਜਿੱਦਾਂ ਨਾ ਇਹੋ ਤੋੜਨ ਦੀ ਕੋਸ਼ਿਸ਼ ਹੈ ਹੀ ਆ ਪਰ ਫੇਰ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਇਹ ਜਿਹੜੀਆਂ 34 35 ਜਥੇਬੰਦੀਆਂ ਉਹਨਾਂ ਮੀਟਿੰਗ ਕਰਕੇ ਫੇਰ ਹੀ ਉਹ 13 ਬੰਦੇ ਅੱਗੇ ਗਏ ਆ ਜੀ ਹੁਣ ਉੱਥੋਂ ਜਿਹੜੇ ਵਾਪਸ ਪਰਤੇ ਆ ਜੀ ਉਹ ਕਹਿੰਦੇ ਆ ਬਈ ਹੁਣ ਇਹਨਾਂ ਨੂੰ ਡਰ ਤੇ ਲੱਗਣ ਲੱਗ ਪਿਆ ਸਰਕਾਰ ਨੂੰ ਇਸੇ ਕਰਕੇ ਜਿਹੜੇ ਅਮਿਤ ਸ਼ਾਹ ਮਤਲਬ ਆਪਣੇ ਆਪ ਨੂੰ ਦੂਸਰਾ ਸਮਝਦੇ ਹੀ ਵੀ ਮੈਂ ਕਿਉਂ ਗੱਲ ਕਰਾਂ ਤੇ ਹੁਣ ਮੋਦੀ ਜੀ ਨੇ ਅਮਿਤ ਸ਼ਾਹ ਨੂੰ ਮੋਹਰੇ ਕੀਤਾ ਵੀ ਚਲੋ ਕੁਛ ਤੇ ਗੱਲ ਕਰੀਏ ਇਹਨਾਂ ਨਾਲ ਥੋੜਾ ਬਤਾ ਇਹਨਾਂ ਨੂੰ ਸਮਝੀਏ ਤੇ ਉਹਦੇ ਵਿੱਚ ਕੁਝ ਕਾਨੂੰਨ ਹੈਗੇ ਜਿਹੜੇ ਉਹ ਆਠ ਇਹਨਾਂ ਨੇ ਮੰਗਾ ਭੇਜੀਆਂ ਸੀ ਉਹਦੇ ਵਿੱਚੋਂ ਜਿਹੜੇ ਤਿੰਨ ਮੰਗਾ ਹੈਗੀਆਂ ਉਹਦੇ ਵਿੱਚ ਨਹੀਂ ਆ ਰਹੇ ਜਿਹੜੇ ਹੋਰ ਮੰਗਾ ਹੈਗੀਆਂ ਉਹ ਕਹਿੰਦੇ ਅਸੀਂ ਮੰਨਣ ਨੂੰ ਤਿਆਰ ਆਂ ਚਾਹੇ ਉਹ ਐਮਐਸਪੀ ਆ ਹਾਂਜੀ ਹਨਾ ਚਾਹੇ ਉਹ ਦੂਸਰੀ ਹੈਗੀ ਆਪਣੇ ਪਰਾਲੀ ਵਾਲਾ ਮਸਲਾ ਚਾਹੇ ਉਹ ਬਿਜਲੀ ਵਾਲਾ ਮਸਲਾ ਉਹ ਹੱਲ ਕਰਨ ਨੂੰ ਕਹਿੰਦੇ ਅਸੀਂ ਤਿਆਰ ਹਾਂ ਪਰ ਜਿਹੜਾ ਸਾਡਾ ਮਸਲਾ ਆ ਕਿਸਾਨਾਂ ਦਾ ਮਸਲਾ ਕਹਿ ਲਓ ਭਈ ਉਹ 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 ਤਾਂ ਜੋਸ਼ ਉਹਨਾਂ ਦੀ ਟੋਟਲ ਮੰਗਿਆ ਉਹਦੇ ਤੇ ਅੜੇ ਹੋਏ ਆ ਪਈ ਪਹਿਲੀ ਗੱਲ ਤੇ ਜਿਹੜਾ ਆ ਸੋਧਣ-ਸੋਧਣ ਵਾਲਾ ਕੋਈ ਰੌਲਾ ਨਹੀਂ ਇਹਨਾਂ ਨੂੰ ਵਾਪਸ ਲਿਆ ਜਾਵੇ ਠੀਕ ਆ ਸੋ ਇਹ ਜੇ ਤਿੰਨ ਜਿਹੜਾ ਉਹਨਾਂ ਤੋਂ ਅਨਕਾਰੀ ਹੁੰਦੇ ਆ ਤਾਂ ਫਿਰ ਉਹ ਸਮਝੌਤਾ ਕਿਸੇ ਸਿਰੇ ਨਹੀਂ ਚੜੇਗਾ ਜੀ ਦੂਸਰੀ ਗੱਲ ਇਹ ਆ ਪਈ ਅੱਜ ਵਿਰੋਧੀ ਧਿਰ ਜਿਹੜੀ ਆ ਉਹਨਾਂ ਚਾਹੇ ਡੀ ਰਾਜਾ ਹੋਣ ਰਾਹੁਲ ਗਾਂਧੀ ਹੋਰੀ ਹੋ ਗਏ ਕਾਂਗਰਸ ਤੋਂ ਸੀਤਾਰਾਮ ਜੈਛੜੀ ਹੋਰੀਆਂ ਅੱਜ ਰਾਸ਼ਟਰਪਤੀ ਨੂੰ ਵੀ ਮਿਲ ਰਹੇ ਆ ਪਹਿਲਾਂ ਤੁਸੀਂ ਦੇਖੋ ਪਈ ਖਿਡਾਰੀ ਪੂਰੇ ਦੇਸ਼ ਤੇ ਖੜੇ ਹੋ ਗਏ ਉੱਠ ਕੇ ਰਾਸ਼ਟਰਪਤੀ ਨੂੰ ਮਿਲਣ ਗਏ ਆ ਸਮਾਂ ਹੀ ਨਹੀਂ ਦਿੱਤਾ ਗਿਆ ਜੀ 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 ਠੀਕ ਆ ਇੱਕ ਤੋਂ ਬਾਅਦ ਅਪੀਲਾਂ ਕੀਤੀਆਂ ਗਈਆਂ ਉਹ ਮਤਲਬ ਰਾਸ਼ਟਰਪਤੀ ਭਵਨ ਵੱਲ ਨੂੰ ਮਾਰਚ ਕੀਤਾ ਗਿਆ ਤੇ ਤਾਂ ਵੀ ਉਹਨਾਂ ਨੂੰ ਰਸਤੇ 'ਚ ਰੋਕ ਲੈਂਦੇ ਆ ਸੋ ਸਰਕਾਰ ਗੱਲ ਕਰਨ ਨੂੰ ਹੀ ਮਤਲਬ ਜਿਹੜਾ ਆ ਜਾਂ ਸਮਾਂ ਦੇਣ ਨੂੰ ਹੀ ਰਾਸ਼ਟਰਪਤੀ ਸਾਰੇ ਦੇਸ਼ ਦਾ ਰਾਸ਼ਟਰਪਤੀ ਆ ਬਿਲਕੁਲ ਤੇ ਸਾਡੇ ਰਾਮਨਾਥ ਕੋਵਿੰਦ ਹੋਰੀ ਜਿਹੜਾ ਆ ਉਹ ਖਿਡਾਰੀਆਂ ਨੂੰ ਨਹੀਂ ਸਮਾਂ ਦੇ ਰਹੇ ਤੇ ਅੱਜ ਜਿਹੜਾ ਵਿਰੋਧੀ ਧਿਰ ਦੇ ਨਾਲ ਦੇਖੋ ਉਹਦੀ ਗੱਲਬਾਤ 'ਚੋਂ ਕੀ ਨਿਕਲਦਾ ਹੈਗਾ ਜੀ ਫਿਰ ਜਿਹੜੀ ਉਗਰਾਹਾ ਵਾਲਿਆਂ ਨੇ ਕੱਲ ਗਈ ਕੱਲ ਕਹੀ ਆ ਜੀ ਕਹਿੰਦੇ ਬਾਕੀਆਂ ਨੂੰ ਸੱਦਾ ਭੇਜ ਦਿੱਤਾ ਮੈਂ 2 ਲੱਖ ਬੰਦਾ ਲੈ ਕੇ ਇੱਥੇ ਬਾਰਡਰ ਤੇ ਬੈਠਾ ਮੈਨੂੰ ਸੱਦਾ ਕਿਉਂ ਨਹੀਂ ਭੇਜਿਆ ਹਾਂਜੀ ਉਹ ਇਹ ਸਿਰਫ ਦਫੇੜ ਪਾਉਣ ਵਾਲੀ ਗੱਲ ਹੈਗੀ ਆ ਵੀ ਯੂਨੀਅਨ ਜਿਹੜੀ ਆ ਜਿਹੜਾ ਇਸ ਵੇਲੇ ਐਗਜ਼ਕਟਾ ਨਾਲ ਬੈਠੇ ਆ ਉੱਥੇ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਦਫੇੜ ਪਾਇਆ ਜਾਵੇ ਜੀ ਜਿਵੇਂ ਤੁਸੀਂ ਕਿਹਾ ਨਾ ਫਿਸ਼ੀ ਇਹ ਸਰਕਾਰ ਜਿਹੜੀ ਆ ਸਾਰਿਆਂ ਤੇਰਾ ਨੂੰ ਕਿਉਂ ਨਹੀਂ ਸੱਦਾ ਦਿੱਤਾ ਗਿਆ ਜੀ ਜਿੰਨੀਆਂ ਵੀ ਇਸ ਵੇਲੇ ਅੰਦੋਲਨ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰੇ ਲੀਡਰ ਸਹਬਾਨ ਨੂੰ ਸੱਦਣਾ ਬਣਦਾ ਸੀ ਜੀ ਅ ਅੱਛਾ ਇੱਕ ਇਹਦੇ ਚ ਹੋਰ ਜਦੋਂ ਆਪਾਂ ਦੇਖੀਏ ਤੇ ਇੱਕ ਸੀਏ ਐਨ ਆਰ ਸੀ ਦਾ ਅੰਦੋਲਨ ਹੋਇਆ ਸੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਉਸ ਅੰਦੋਲਨ ਤੋਂ ਬਾਅਦ ਇਹ ਅੰਦੋਲਨ ਨਾਗਰਿਕਤਾ ਸਬੰਧੀ ਹਾਂਜੀ ਜਿਹੜਾ ਸੀਗਾ ਬਿਲਕੁਲ ਇਹ ਅੰਦੋਲਨ ਉਹ ਤੋਂ ਵੀ ਉੱਪਰ ਚਲੇ ਗਿਆ ਜੀ ਹੁਣ ਜਦੋਂ ਅਸੀਂ ਉਸ ਅੰਦੋਲਨ ਜਾਂ ਇਸ ਅੰਦੋਲਨ ਨੂੰ ਪਰਖੀਏ ਜੀ ਤੇ ਉਦੋਂ ਵੀ ਜਿਹੜੀ ਹਿੰਸਾ ਹੋਈ ਸੀ ਉਹ ਉਹਨਾਂ ਰਾਜਾਂ 'ਚ ਹੀ ਹੋਈ ਸੀ ਕਿਉਂਕਿ ਅੰਦੋਲਨ ਸਾਰੇ ਪਾਸੇ ਸੀ ਜੀ ਜਿਨ੍ਹਾਂ ਰਾਜਾਂ ਦੇ ਵਿੱਚ ਭਾਜਪੀ ਦੀ ਸਰਕਾਰ ਸੀ ਬਿਲਕੁਲ ਠੀਕ ਆ ਚਾਹੇ ਉਹ ਯੂਪੀਸੀ ਚਾਹੇ ਕੋਈ ਹੋਰ ਸੀਗਾ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੁੱਟਿਆ ਮਾਰਿਆ ਗਿਆ ਜਿਨ੍ਹਾਂ ਤੇ ਤਸ਼ੱਦਦ ਟਾਇਆ ਗਿਆ ਉਹਨਾਂ ਤੇ ਕੇਸ ਹੋਏ ਹੁਣ ਸੇਮ ਜਿਹੜੀ ਗੱਲ ਹੋਈ ਆ ਉਹ ਕੱਲ ਚੰਡੀਗੜ੍ਹ ਚ ਹੋਈ ਆ ਚੰਡੀਗੜ੍ਹ ਦੇ ਵਿੱਚ ਯੂਨੀਅਨ ਟੈਰੀਟਰੀ ਆ ਉੱਥੇ ਪੰਜਾਬ ਦਾ ਰਾਜ ਆ ਹਰਿਆਣਾ ਦਾ ਰਾਜ ਤੇ ਹੈ ਨਹੀਂ ਜੀ ਉੱਥੇ ਹੀ ਕਿਉਂ ਗੜਬੜ ਹੋਈ ਇਹਦਾ ਮਤਲਬ ਇਹ ਆ ਕਿ ਸਰਕਾਰ ਜਾਣਬੁੱਝ ਕੇ ਉਹੋ ਜਿਹਾ ਮਾਹੌਲ ਪੈਦਾ ਕਰ ਰਹੀ ਆ ਜਿੱਦੇ ਨਾਲ ਲੋਕੀ ਭੜਕਣ ਜਾਂ ਆਪ ਕੁਛ ਇਹੋ ਜਿਹਾ ਸ਼ੁਰੂ ਕਰ ਰਹੀ ਆ ਤੇ ਮੁਰਖੇ ਲੋਕਾਂ ਦੇ ਸਰ ਮੜਿਆ ਜਾ ਸਕੇ ਬਿਲਕੁਲ ਸਰਕਾਰਾਂ ਦੀਆਂ ਸਦਾ ਚਾਲਾਂ ਹੁੰਦੀਆਂ ਭਈ ਅੰਦੋਲਨ ਨੂੰ ਫੇਲ ਕਿੱਦਾਂ ਕਰਨਾ ਹੈਗਾ ਜੀ ਆ ਆਪੇ ਇਹ ਸਾਰਾ ਕੁਝ ਆਮ ਤੌਰ ਤੇ ਦੋਸ਼ ਲੱਗਦੇ ਰਹੇ ਆ ਹਾਂ ਸਿੱਧ ਵੀ ਹੁੰਦੇ ਰਹੇ ਆ ਕਿ ਸਰਕਾਰਾਂ ਆਪਣੇ ਬੰਦੇ ਜਿਹੜੇ ਆ ਉਹ ਲਹਿਰ ਦੇ ਵਿੱਚ ਪਾ ਦਿੰਦੀਆਂ ਹੈਗੀਆਂ ਦੰਗੇ ਕਰਵਾਉਣ ਦੇ ਦੋਸ਼ ਲੱਗਦੇ ਰਹੇ ਆ ਸਾਡੇ ਤਾਂ 84 ਦੇ ਦੰਗੇ ਜਿਹੜੇ ਆ ਦਿੱਲੀ ਦੇ ਵਿੱਚ ਨਵੰਬਰ 84 ਦੇ ਵਿੱਚ ਹੁੰਦੇ ਆ ਉਸ ਵੇਲੇ ਦੀ ਹਕੂਮਤ ਨੇ ਕਰਵਾਏ ਜੀ 2002 ਵਾਲੀ ਵੀ ਸੇਮ ਹੀ ਗੱਲ ਹੈ 2002 ਵਾਲੀਆਂ ਗੱਲਾਂ 19 ਦੇ ਵਿੱਚ ਜਿਹੜਾ ਹੁੰਦਾ 20 ਦੇ ਵਿੱਚ ਦਿੱਲੀ ਦੰਗੇ ਹੋ ਕੇ ਹਟੇ ਨੇ ਪਰ ਉਹਦੇ ਵਿੱਚ ਉਹ ਵੇਲੇ ਦੀ ਹਕੂਮਤ ਦੀ ਪੂਰੀ ਸ਼ਹਿਤ ਹੁੰਦਾ ਸਾਰਾ ਕੁਝ ਠੀਕ ਹੈ ਸੋ ਇਹ ਗੱਲ ਪਰ ਲੋਕ ਜਿਹੜੇ ਆ ਜਿਹੜਾ ਮਤਲਬ ਕਿਸਾਨਾਂ ਦਾ ਅੰਦੋਲਨ ਐਸ ਵੇਲੇ ਉਹ ਤਾਂ ਸ਼ਾਂਤੀਪੂਰਨ ਚੱਲ ਰਿਹਾ ਬਿਲਕੁਲ ਬਿਨਾਂ ਸ਼ੱਕ ਸਰਕਾਰ ਜਿਹੜੀ ਆ ਉਹਦੇ ਵਿੱਚ ਕੋਈ ਸਪੈਟ ਦਾ ਯਤਨ ਤਾਂ ਕਰ ਰਹੀ ਆ ਪਰ ਅਜੇ ਤੱਕ ਉਹਦੇ ਵਿੱਚ ਸ਼ਾਮਲ ਨਹੀਂ ਹੋਈ ਮਤਲਬ ਸ਼ਾਮਲ ਨਹੀਂ ਮਾਫ ਕਰਨਾ ਉਹਦੇ ਵਿੱਚ ਕਾਮਯਾਬ ਨਹੀਂ ਹੋਈ ਠੀਕ ਹੈ ਸੋ ਇਹ ਸਰਕਾਰ ਜਿਹੜੀ ਆ ਹਜੇ ਵੀ ਮੈਨੂੰ ਲੱਗਦਾ ਪਈ ਆਪਣੀ ਹੱਥ ਧਰਮੀ ਛੱਡੇ ਤਾਂ ਸ਼ਾਇਦ ਕੋਈ ਨਾ ਕੋਈ ਹੱਲ ਨਿਕਲੇ ਹੁਣ ਸਾਡੇ ਅਕਾਲ ਤਖਤ ਦੇ ਮਾਨਯੋਗ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਹੋਰੀ ਵੀ ਹਮਾਇਤ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਸਰਕਾਰਾਂ ਆ ਇਹ ਨੇ ਜਿਹੜੀ ਕਿਸਾਨਾਂ ਦੀ ਖੁਸ਼ਹਾਲੀ ਸਰਕਾਰ ਦਾ ਜਮਾ ਹੁੰਦਾ ਹੈਗਾ ਬਿਲਕੁਲ ਵੀ ਜਿਹੜੇ ਜੇ ਅੰਨਦਾਤਾ ਹੀ ਜਿਹੜੇ ਆ ਉਹ ਰੋਲ ਰਹੇ ਆ ਸੜਕਾਂ ਤੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਗਈ ਜੀ ਉਹਨਾਂ ਨੇ ਇਹ ਵੀ ਕਿਹਾ ਵੀ ਲੋੜ ਪਈ ਤਾਂ ਸੰਘਰਸ਼ ਵਿੱਚ ਉੱਥੇ ਜਾ ਕੇ ਵੀ ਅਸੀਂ ਸ਼ਾਮਲ ਹੋਵਾਂਗੇ ਜੀ ਸੋ ਆੜੇ ਦਿਵਾਲਿਓ ਬਹੁਤ ਥਾਵਾਂ ਤੋਂ ਸਪੋਰਟ ਜਿਹੜੀ ਆ ਉਹ ਮਿਲ ਰਹੀ ਆ ਦੇਸ਼ ਵਿਦੇਸ਼ ਵਿੱਚ ਕਿੰਨੇ ਅਮਰੀਕਨ ਐਮਪੀਜ਼ ਜਿਹੜੇ ਆ ਕੈਨੇਡਾ ਦਾ ਪ੍ਰਧਾਨ ਮੰਤਰੀ ਹਮਾਇਤ ਕਰ ਚੁੱਕਾ ਜੀ ਯੂਨਾਈਟਿਡ ਨੇਸ਼ਨਜ਼ ਹਮਾਇਤ ਕਰ ਚੁੱਕੀ ਆ ਠੀਕ ਆ ਸਪੇਨ ਇਟਲੀ ਉਧਰ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਅਮਰੀਕਾ ਜਰਮਨੀ ਵਰਗੇ ਦੇਸ਼ਾਂ ਚ ਜਿਹੜੇ ਲੋਕ ਆ ਉਹ ਇਸ ਅੰਦੋਲਨ ਲਈ ਉੱਠ ਕੇ ਖੜੇ ਹੋਇਆ ਜੀ ਸਤੀ ਸਾਹਿਬ ਇੱਕ ਗੱਲ ਹੋਰ ਆਪਾਂ ਕਰਦੇ ਆ ਫਿਰ ਆਪਾਂ ਬ੍ਰੇਕ ਵੀਕ ਲੈਣੀ ਆ ਜੀ ਉਹ ਗੱਲ ਇਹ ਆ ਭਈ ਜਦੋਂ ਆਪਾਂ ਇਹਨੂੰ ਆਪਾਂ ਓਪਰੀ ਓਪਰੀ ਨਜ਼ਰ ਮਾਰਦੇ ਆ ਤੇ ਹਰ ਬੰਦੇ ਨੂੰ ਇੱਕ ਚੀਜ਼ ਸਮਝ ਆਉਂਦੀ ਹੈ ਪੇ ਸਰਕਾਰ ਐਸ ਵੇਲੇ ਜਿਹਨੂੰ ਕਹਿੰਦੇ ਨੇ ਮੋਮੋ ਠਗਣੀਆਂ ਜੀ ਮਾਰ ਰਹੀ ਆ ਉਹ ਕਰ ਰਹੀ ਆ ਜੀ ਤੇ ਮੋਮੋ ਠਗਣੀਆਂ ਉਦੋਂ ਤੱਕ ਹੀ ਚੱਲਦੀਆਂ ਜਦੋਂ ਸਾਫ਼ ਸਪਸ਼ਟ ਬੰਦੇ ਉੱਠ ਕੇ ਖੜੇ ਨਹੀਂ ਹੋ ਜਾਂਦੇ ਉਹ ਕਹਿੰਦੇ ਆ ਵੀ ਲੰਘਦਾ ਜੋ ਲੰਘ ਜੇ ਜਦੋਂ ਤੱਕ ਉਹ ਉੱਠ ਕੇ ਨਹੀਂ ਨਾ ਖੜਾ ਹੋਇਆ ਬੰਦਾ ਜੀ ਉਦੋਂ ਫੇ ਮੋਮੋ ਠਗਣੀਆਂ ਨਹੀਂ ਚੱਲਦੀਆਂ ਬਿਲਕੁਲ ਤੇ ਹੁਣ ਜਿਹੜਾ ਪੰਜਾਬ ਆ ਪੰਜਾਬ ਦੇ ਉਹ ਸਾਫ਼ ਸੁਥਰੇ ਅਕਸ ਵਾਲੇ ਔਰ ਸਾਫ਼ ਸੁਥਰੀ ਸੋਚ ਵਾਲੇ ਬੰਦੇ ਜਦੋਂ ਉੱਥੇ ਜਾ ਕੇ ਬੈਠ ਗਏ ਆ ਤੇ ਸਰਕਾਰ ਨੂੰ ਇਹਦਾ ਨੋਟਿਸ ਨਹੀਂ ਲੈਣਾ ਚਾਹੀਦਾ ਵੀ ਭਾਈ ਹੁਣ ਅਸੀਂ ਇਹਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਦੇ ਕੋਸ ਸਰਕਾਰ ਅਜੇ ਤੱਕ ਵੀ ਨੋਟਿਸ ਨਹੀਂ ਲੈਂਦੀ ਤੇ ਫਿਰ ਕਹਿੰਦੇ ਹੁੰਦੇ ਆ ਭਈ ਖਤਾ ਖਾਨ ਵਾਲੀ ਗੱਲ ਹੁੰਦੀ ਆ ਜੀ ਐ ਪੂਰੇ ਦੇਸ਼ ਦੀ ਇਸ ਵੇਲੇ ਪੰਜਾਬ ਅਗਵਾਈ ਕਰ ਰਿਹਾ ਹੈਗਾ ਬਿਲਕੁਲ ਸਿਆਸਤਦਾਨ ਜਿਹੜੇ ਆ ਉਹ ਖੁੱਡੇ ਲਾ ਕੇ ਰੱਖ ਦਿੱਤੇ ਜੀ ਤੇ ਧੱਕ ਦਿੱਤੇ ਆਮ ਤੌਰ ਤੇ ਬੇਵੱਸ ਜਨਤਾ ਜਿਹੜੀ ਆ ਉਹ ਸਿਆਸਤਦਾਨਾਂ ਦੇ ਮੂੰਹਾਂ 'ਵਾਲ ਝਾਕਦੀ ਹੁੰਦੀ ਆ ਆਗੂਆਂ ਦੇ ਮੂੰਹਾਂ 'ਵਾਲ ਝਾਕਦੀ ਹੁੰਦੀ ਆ ਅੱਜ ਜਿਹੜੇ ਸਿਆਸਤਦਾਨ ਆਗੂ ਨੇ ਚਾਹੇ ਉਹ ਭਾਜਪਾ ਆਇਆ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਆਪ ਵਾਲੇ ਹੋਣ ਤੇ ਚਾਹੇ ਹੋਰ ਪਾਰਟੀਆਂ ਦੇ ਹੋਣ ਉਹ ਅੰਦੋਲਨਕਾਰੀਆਂ ਕਿਸਾਨਾਂ ਦੇ ਆਗੂਆਂ ਦੇ ਮੂੰਹਾਂ ਵੱਲ ਦੇਖ ਰਹੇ ਠੀਕ ਹੈ ਤੇ ਕਿਸੇ ਨੂੰ ਲਾਗੇ ਨਹੀਂ ਫਟਕਣ ਦਿੱਤਾ ਜਾ ਰਿਹਾ ਸਰਕਾਰ ਦੇਖੋ ਸਰਕਾਰਾਂ ਜਿਹੜੀਆਂ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਜੀ ਭਈ ਜਿਹੜੇ ਸਾਡੇ ਨਾਗਰਿਕ ਆ ਉਹਨਾਂ ਦੀ ਬਿਹਤਰੀ ਕਿਦਾਂ ਹੋਣੀ ਆ ਇਹ ਬਿਹਤਰੀ ਦੀ ਬਜਾਏ ਤੁਸੀਂ ਦੇਖੋ ਭਈ ਉੱਥੇ ਬਿਹਾਰ ਝਾਰਖੰਡ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਆਂਧਰਾ ਪ੍ਰਦੇਸ਼ ਦੇ ਵਿੱਚ ਕਈ ਲੋਕ ਜਿਹੜੇ ਆ ਉਹ ਪਹਿਲਾਂ ਤੋਂ ਅੰਦੋਲਨ ਕਰ ਰਹੇ ਆ ਪਰ ਉਹ ਅੰਦੋਲਨ ਨੱਪ ਦਿੱਤੇ ਜਾਂਦੇ ਆ ਠੀਕ ਹੈ ਉਹ ਕਾਦੇ ਲਈ ਲੜ ਰਹੇ ਆ ਆਪਣੀਆਂ ਜ਼ਮੀਨਾਂ ਲਈ ਲੜ ਰਹੇ ਆ ਨਾ ਭਈ ਸਾਡੇ ਜੰਗਲਾਂ ਤੇ ਕਬਜ਼ਾ ਕਰ ਲਿਆ ਸਾਡੇ ਖੇਤਾਂ ਤੇ ਕਬਜ਼ਾ ਕਰ ਲਿਆ ਉੱਥੇ ਕਾਰਪੋਰੇਟ ਸੈਕਟਰ ਦੇ ਲੋਕ ਆਣ ਕੇ ਬੈਠ ਗਏ ਖਾਨਾ ਜਿਹੜੀਆਂ ਨੇ ਉਹ ਦੱਬੀ ਫਿਰਦੇ ਆ ਉਹ ਚਾਹੇ ਕੋਲੇ ਦੀਆਂ ਖਾਣਾ ਹੋਣ ਤੇ ਚਾਹੇ ਉਹ ਦੂਸਰੀਆਂ ਹੋਣ ਸੋ ਹੌਲੀ ਹੌਲੀ ਇੱਕ ਤਰ੍ਹਾਂ ਨਾਲ ਪੰਜਾਬ ਨੇ ਵੱਡਾ ਭਰਾ ਬਣ ਕੇ ਜਿਸ ਨੂੰ ਅੰਡੀ ਗੁੰਡੀ ਸੂਬੇ ਵੀ ਤੇ ਬਾਕੀ ਦੇਸ਼ ਵੀ ਇਸ ਵੇਲੇ ਮੰਨ ਰਿਹਾ ਵੀ ਸਾਡੀ ਅਗਵਾਈ ਕੀਤੀ ਆ ਪੰਜਾਬੀ ਉੱਠ ਕੇ ਖੜੇ ਹੋਏ ਆ ਸਾਫ਼ ਸੁਥਰੇ ਅਕਸ ਵਾਲੇ ਜਿਨ੍ਹਾਂ ਦੇ ਕਰਦਾਰਾਂ ਤੇ ਕੋਈ ਬਦਨਮਾ ਧੱਬਾ ਨਹੀਂ ਉਹ ਲੋਕ ਅਗਵਾਈ ਕਰ ਰਹੇ ਨੇ ਇਸ ਸਾਰੇ ਸੰਘਰਸ਼ ਦੀ ਤਾਂ ਅਜੇ ਵੀ ਸਰਕਾਰ ਨੂੰ ਸੁਰਤ ਨਹੀਂ ਆਈ ਜੀ ਸਮਾ ਹੋ ਰਿਹਾ ਇੱਕ ਬ੍ਰੇਕ ਦਾ ਮਿਰਦਿਆਂ ਬ੍ਰੇਕ ਤੋਂ ਬਾਅਦ ਪੰਜਾਬ ਮੇਨ ਯੂਐਸਏ ਚੈਨਲ ਦਾ ਸ਼ਾਨਦਾਰ ਉਪਰਾਲਾ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਚ ਲੇਟੈਸਟ ਕੀ ਚੱਲ ਰਿਹਾ ਹੈ ਅਮਰੀਕਾ ਦੀ ਸਿਆਸਤ ਕਿਦਾਂ ਰੰਗ ਬਦਲ ਰਹੀ ਹੈ ਇਹ ਸਭ ਜਾਣਨ ਲਈ ਦੇਖੋ ਪੰਜਾਬ ਮੇਨ ਯੂਐਸਏ ਚੈਨਲ ਦਾ ਸਪੈਸ਼ਲ ਸ਼ੋਅ ਯੂਐਸ ਇਮੀਗ੍ਰੇਸ਼ਨ ਐਂਡ ਪੌਲਟਿਕਸ ਅਟਾਰਨੀ ਐਟ ਲਾ ਜਸਪ੍ਰੀਤ ਸਿੰਘ ਪੰਜਾਬ ਮੈਲ ਟੀਵੀ ਯੂਐਸਏ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਤੇ ਗੱਲਾਂ ਬਾਤਾਂ ਅੱਗੇ ਤੋਰਦੇ ਆ ਸੱਤੀ ਸਾਹਿਬ ਖਿਡਾਰੀਆਂ ਨੇ ਲੇਖਕਾਂ ਨੇ ਬੜੇ ਲੋਕਾਂ ਨੇ ਸਨਮਾਨ ਜੀ ਮੋੜ ਰਹੇ ਜਾਂ ਮੋੜਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਜਿੱਦਾਂ ਦੱਸਿਆ ਵੀ ਪ੍ਰੈਜ਼ੀਡੈਂਟ ਨੂੰ ਨਾ ਟਾਈਮ ਨਹੀਂ ਦੇ ਰਿਹਾ ਹਾਂਜੀ ਕੱਲ ਇੱਕ ਹੋਰ ਇਨਾਮ ਲੈਣ ਤੋਂ ਹੀ ਨਾ ਕਰ ਦਿੱਤੀ ਗਈ ਆ ਜਿਹੜੇ ਕਿ ਭੂਮੀ ਵਿਗਿਆਨੀ ਨੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਡਾਕਟਰ ਅਵਰਿੰਦਰਪਾਲ ਸਿੰਘ ਹੋਣੀ ਜੀ ਉਹਨਾਂ ਨੇ ਸਟੇਜ ਤੇ ਜਾ ਕੇ ਹੱਥ ਜੋੜ ਕੇ ਹਾਂਜੀ ਨਾ ਕੀਤੀ ਐ ਕਿ ਮੈਨੂੰ ਨਹੀਂ ਇਹ ਚਾਹੀਦਾ ਤੁਸੀਂ ਤੇ ਕਿਸਾਨਾਂ ਨਾਲ ਸਹੀ ਨਹੀਂ ਕਰ ਰਹੇ ਅ ਬਰਿੰਦਰਪਾਲ ਹੋਰੀ ਸਾਡੇ ਬਹੁਤ ਮਾਣਯੋਗ ਖੇਤੀਬਾੜੀ ਵਿਗਿਆਨੀ ਨੇ ਜੀ ਭੂਮੀ ਵਿਭਾਗ ਜਿਹੜਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦਾ ਭੂਮੀ ਵਿਭਾਗਾ ਉਹਦੇ ਪ੍ਰਿੰਸੀਪਲ ਨੇ ਜੀ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਨੇ ਉਹਨਾਂ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਉੱਤਮ ਕਾਰਜਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ 1 ਲੱਖ ਰੁਪਇਆ ਨਗਦ ਤੇ ਸੋਨ ਤਮਗੇ ਦੇ ਨਾਲ ਸਨਮਾਨਿਤ ਕਰਨਾ ਸੀਗਾ ਜੀ ਤੇ ਕੇਂਦਰੀ ਜਿਹੜੇ ਰਸਾਇਣ ਤੇ ਖਾਦ ਮੰਤਰੀ ਆ ਸਤਾਨੰਦ ਗੋੜਾ ਹੁਰੀ ਉਹ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਗੇ ਤਾਂ ਇਹ ਸਟੇਜ ਤੇ ਜਾਂਦੇ ਆ ਪਰ ਹੱਥ ਜੋੜ ਦਿੰਦੇ ਆ ਵੀ ਭਾਈ ਇਸ ਵਿਟਿੰਜ ਉਦੇਸ਼ ਚੱਲ ਰਿਹਾ ਮੈਂ ਉਹਦੇ ਰੋਸ ਵਜੋਂ ਇਹ ਲੈਣਾ ਨਹੀਂ ਮੈਨੂੰ ਇਹਦੀ ਲੋੜ ਨਹੀਂ ਜੀ ਇੱਕ ਵਿਗਿਆਨੀ ਇਨਕਾਰ ਕਰੇ ਇਨਾਮ ਲੈਣ ਤੋਂ ਬਿਲਕੁਲ ਕਿਸਾਨਾਂ ਦੇ ਹੱਕ ਚ ਹਾ ਦਾ ਨਾਰਾ ਮਾਰੇ ਤਾਂ ਨਿੱਕੇ ਨਿੱਕੇ ਇਨਾਮਾਂ ਲਈ ਆਪਾਂ ਦੇਖਦੇ ਆ ਵੀ ਲੋਕ ਜੋੜ ਤੋੜ ਕਰਦੇ ਆ ਬਿਲਕੁਲ ਤੇ ਇੱਕ ਮਾਨਜੋਗ ਵਿਗਿਆਨੀ ਜਿਹੜਾ ਆ ਦੇਸ਼ 'ਚ ਦਾ ਨਾਂ ਚੱਲਦਾ ਹੋਵੇ ਉਹ ਸਰਕਾਰ ਦੇ ਮੂੰਹ ਤੇ ਇੱਕ ਤਰ੍ਹਾਂ ਦੀ ਇਹਨੂੰ ਕਹਿੰਦੇ ਹੁੰਦੇ ਆ ਭਈ ਉੱਚ ਪੇੜ ਹੁੰਦੀ ਆ ਜੀ ਤਾਂ ਸਰਕਾਰ ਨੂੰ ਮੈਂ ਕਹਿੰਦਾ ਭਈ ਹੁਣ ਵੀ ਸੋਚੀ ਆ ਜਣੀ ਚਾਹੀਦੀ ਆ ਸਾਡੇ ਸਰਜੀਤ ਪਾਤਰ ਵਰਗੇ ਜਿਹੜੇ ਸ਼ੇਵ ਤੋਂ ਬਾਅਦ ਸਭ ਤੋਂ ਵੱਧ ਪੜੇ ਜਾਣ ਵਾਲੇ ਸ਼ਾਇਰ ਨੇ ਪਦਮਸ਼ਰੀ ਨੇ ਉਹਨਾਂ ਨੇ ਆਪਣਾ ਸਨਮਾਨ ਵਾਪਸ ਕੀਤਾ ਚਾਹੇ ਉਹ ਉਹ ਉਹਨਾਂ ਨੇ ਜਿਹੜਾ ਲਏ ਨਹੀਂ ਉਹਨਾਂ ਦੇ ਸਨਮਾਨ ਖਿਡਾਰੀਆਂ ਦੇ ਉਹਨਾਂ ਨੇ ਪਰ ਇੱਕ ਪ੍ਰਤੀਕ ਵਜੋਂ ਉਹ ਮੋੜਤਾ ਰਹੇ ਆ ਨਾ ਸਰਬਜੀਤ ਕੌਰ ਸੋਲ ਨੇ ਜੀ ਕਿਹਾ ਕਲਾ ਪ੍ਰੀਸ਼ਦ ਦੇ ਚੇਅਰਮੈਨ ਨੇ ਬਿਲਕੁਲ ਔਰ ਹੋਰ ਇਸੇ ਤਰ੍ਹਾਂ ਬਹੁਤ ਜਿਹੜੇ ਖਿਡਾਰੀ ਹੋਏ ਨਾਮਵਰ ਲੋਕ ਜਿਹੜੇ ਆ ਉਹ ਵਾਪਸ ਕਰ ਰਹੇ ਨੇ ਉਹ ਤਾਂ ਚਲੋ ਬੜੇ ਨਾਮਵਰ ਲੋਕ ਨੇ ਮੈਂ ਕੱਲ ਦੇਖ ਰਿਹਾ ਸੀ ਇੱਕ ਪਿੰਡ ਦੇ ਸਰਪੰਚ ਜੀ ਜਿਨ੍ਹਾਂ ਨੂੰ ਕੋਈ ਇਨਾਮ ਦਿੱਤਾ ਗਿਆ ਸੀਗਾ ਮੈਨੂੰ ਖੇਤੀਬਾੜੀ ਦੇ ਸੀਗੇ ਮੁਕੇਵਲ ਦੇ ਸੀਗੇ ਹਾਂ ਜੀ ਉਹਦੇ ਨਾਲ 18 ਲੱਖ ਰੁਪਈਆ ਸੀ ਉਸ ਨਾਮ 'ਚ ਉਹਨਾਂ ਨੇ ਉਹ ਵੀ ਮੋੜ ਦਿੱਤਾ ਤੇ ਮਤਲਬ ਤੁਸੀਂ ਇਹ ਦੇਖੋ ਇੱਕ ਆਮ ਸਰਪੰਚ ਜਿਹੜੇ ਆ ਹੁਣ ਆਪਣੇ ਪਿੰਡਾਂ 'ਚ ਉੱਠ ਕੇ ਹੁੰਦੇ ਆ ਉਹਨਾਂ ਨੇ ਉਹ ਵਾਪਸ ਕਰ ਦਿੱਤਾ ਸੋ ਕਿੱਡੇ ਵੱਡੇ ਲੈਵਲ ਤੱਕ ਲੋਕਾਂ ਦੇ ਮਨਾਂ 'ਚ ਰੋਸ ਹੈ ਤੇ ਉਹਦੇ باوجود ਵੀ ਸਰਕਾਰ ਇਹ ਕਰ ਰਹੀ ਹੈ ਬਿਲਕੁਲ ਸੋ ਅਜੇ ਵੀ ਮੈਂ ਕਹਿੰਦਾ ਸਰਕਾਰ ਲਈ ਸੰਭਲਣ ਦਾ ਮੌਕਾ ਹੈਗਾ ਤੇ ਦੇਖੋ ਦੇਸ਼ ਦਾ ਇਹ ਕਹਿੰਦੇ ਹੁੰਦੇ ਆ ਕਿ ਪੇਟ ਨਾ ਪੰਨਾਂ ਰੁਟੀਆਂ ਸਭੇ ਗੱਲਾਂ ਸਭੇ ਗੱਲਾਂ ਖੋਟੀਆਂ ਤੇਜਪਾਲ ਜੀ ਉਹ ਰੋਟੀ ਜਿਹੜੀ ਆ ਉਹ ਬੁਰਕੀ ਸਾਡੇ ਮੂੰਹ ਚ ਜਾਣ ਤੱਕ ਦਾ ਬੜਾ ਲੰਮਾ ਸਫਰ ਕਰਦੀ ਆ ਜੀ ਤੇ ਜੇ ਦੇਸ਼ ਦਾ ਅन्नदाता ਹੀ ਇਸ ਵੇਲੇ ਜਿਹੜਾ ਆ ਉਹ ਸੜਕਾਂ ਤੇ ਆ ਉਹ ਹਾਲ ਪਾ ਰਿਆ ਕਰ ਰਿਹਾ ਇੱਕ ਤਰ੍ਹਾਂ ਦੀ ਬਿਲਕੁਲ ਤੇ ਅਜੇ ਵੀ ਸਰਕਾਰ ਜਿਹੜੀ ਆ ਉਹ ਮੈਂ ਕਹਿੰਦਾ ਸੁੱਤੀ ਪਈ ਆ ਜਾਗੀ ਨਹੀਂ ਜੀ ਕੱਲ ਦੇ ਭਾਰਤ ਅੰਦੋਲਨ ਸੰਬੰਧੀ ਟਵਿੱਟਰ ਤੇ ਅੱਜ ਭਾਰਤ ਬੰਦ ਹੈ ਟ੍ਰੈਂਡ ਹੋ ਰਿਹਾ ਸੀ ਜੀ ਫਿਰ ਆਈ ਏਮ ਵਿਦ ਫਾਰਮਰਸ 노 ਫਾਰਮਰਸ 노 ਫੂਡ ਉਹ ਹੈਸ਼ਟੈਗ ਜਿਹੜੇ ਆ ਉਹ ਚੱਲ ਰਿਹਾ ਹੈ ਨਾ ਸੋ ਇੱਕ ਕੌਮੰਤਰੀ ਪੱਧਰ ਦਾ ਮੀਡੀਆ ਪਲੇਟਫਾਰਮ ਹੈ ਜੀ ਤੇ ਦੇਸ਼ ਵਿਦੇਸ਼ ਤੇ ਜਿਹੜੇ ਆਗੂ ਆ ਉਥੋਂ ਦੇ ਐਮ ਪੀ ਐਮ ਲੇ ਨੇ ਉਹ ਸਾਰੇ ਖੜੇ ਹੋ ਗਏ ਆ ਉੱਠ ਕੇ ਤੇ ਭਾਰਤ ਸਰਕਾਰ ਅਜੇ ਵੀ ਜਿਹੜੀ ਆ ਉਹ ਸੁੱਤੀ ਪਈ ਆ ਜਾਗੀ ਨਹੀਂ ਰਹੀ ਅੱਛਾ ਇੱਕ ਗੱਲ ਹੋਰ ਬਹੁਤ ਵੱਡੀ ਹੋਈ ਆ ਦੇਖੋ ਜਿਹੜੇ ਵੀ ਅੰਦੋਲਨ ਆ ਨਾ ਅੰਦੋਲਨ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦਾ ਔਰ ਉਹਦੇ ਚ ਗਵਾਚਦਾ ਵੀ ਬਹੁਤ ਕੁਝ ਹੈ ਇਸ ਅੰਦੋਲਨ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ 1984 ਤੋਂ ਪਹਿਲਾਂ ਤੋਂ ਹੀ 1978 ਤੋਂ ਬਾਅਦ ਇੱਕ ਨਾ ਲਹਿਰ ਚੱਲੀ ਜੀ ਇਹਨਾਂ ਨੇ ਪੋਲਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸਰਕਾਰਾਂ ਨੇ ਔਰ ਪੰਜਾਬ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬੀਆਂ ਦੇ ਨਾਲ ਖਾਲਸਤਾਨੀ ਸ਼ਬਦ ਜੋੜ ਦਿੱਤਾ ਇਹਨਾਂ ਨੇ ਕਿੰਨਾ ਕੁਛ ਉਹਦੇ ਲਈ ਪ੍ਰਚਾਰ ਕੀਤਾ ਜੀ ਹੁਣ ਕੱਲ ਪਰਸੋਂ ਮੈਂ ਉਹਨਾਂ ਦੀਆਂ ਜਦੋਂ ਵੀਡੀਓਜ਼ ਦੇਖਦਾ ਉੱਥੇ ਕੀ ਹੋ ਰਿਹਾ ਉੱਥੇ ਰਾਜਸਥਾਨ ਤੋਂ ਹਾਂਜੀ ਉੱਥੇ ਆਪਣੇ ਹਰਿਆਣੇ ਤੋਂ ਯੂਪੀ ਤੋਂ ਝਾਰਖੰਡ ਤੋਂ ਜਿਹੜੇ ਲੋਕ ਆ ਰਹੇ ਆ ਜੀ ਉਹ ਲੋਕੀ ਆਪਣੀਆਂ ਵੀਡੀਓਜ਼ ਪਾ ਰਹੇ ਆ ਔਰ ਨਾਲ ਕਹਿ ਰਹੇ ਆ ਕਿ ਇਹਨਾਂ ਨੂੰ ਅੰਨਦਾਤਾ ਖਾਲਸਤਾਨੀਆਂ ਤੇ ਅਸੀਂ Hindu ਖਾਲਸਤਾਨੀ ਹਾਂ ਹਾਂ ਤੁਸੀਂ ਦੇਖੋ ਭਈ ਸਰਕਾਰ ਦੇ ਕਿਦਾਂ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਿਆ ਜੀ ਠੀਕ ਆ ਕਿਦਾਂ ਪਾੜੇ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਇਹ ਵੀਡੀਓਜ਼ ਨੇ ਮੈਂ ਵੀ ਕੁਝ ਵੀਡੀਓਜ਼ ਦੇਖਿਆ ਨੇ ਤਾਂ ਉਹਦੇ ਵਿੱਚ ਹਿੰਦੂ ਕਹਿ ਰਹੇ ਆ ਜੀ ਵੀ ਜੇ ਦੇਸ਼ ਦਾ ਅੰਨ ਦਾ ਤਾਂ ਖਾਲਸਤਾਨੀਆਂ ਫਿਰ ਅਸੀਂ ਜਿਹੜੇ ਹਿੰਦੂ ਆ ਅਸੀਂ ਵੀ ਖਾਲਸਤਾਨੀ ਹੈ ਨਾ ਵੀ ਉਸ ਸਿਰਫ ਇਸ ਕਰਕੇ ਵੀ ਪੰਜਾਬ ਦੇ ਲੋਕ ਪੱਗਾਂ ਬੰਨ੍ਹਦੇ ਆ ਤੇ ਦਾੜ੍ਹੀਆਂ ਰੱਖਦੇ ਨੇ ਜੀ ਸੋ ਸਰਕਾਰ ਅਜੇ ਵੀ ਮਤਲਬ ਮੈਂ ਬਾਰ-ਬਾਰ ਉਹ ਸ਼ਬਦ ਵਰਤ ਰਿਹਾ ਵੀ ਸਰਕਾਰ ਨੇ ਕਦੋਂ ਜਾਗਣਾ ਤੇਜਪਾਲ ਜੀ ਜੀ ਤਾਂ ਇਸ ਵੇਲੇ ਸੋਨਮ ਕਪੂਰ ਵਰਗੇ ਫਿਲਮੀ ਹਸਤੀਆਂ ਹੁਣ ਹੌਲੀ ਹੌਲੀ ਜੁੜ ਰਹੀਆਂ ਆ ਆਪਾਂ ਕਹਿੰਦੇ ਸੀ ਨਾ ਕਿ ਜਿਹੜੀ ਆ ਬਾਲੀਵੁੱਡ ਹਾਲੇ ਨਹੀਂ ਜਾਗਿਆ ਹੁਣ ਬਾਲੀਵੁੱਡ ਵੀ ਕਿਸਾਨਾਂ ਦੇ ਹੱਕ ਵਿੱਚ ਜਾਗ ਪਿਆ ਜੀ ਕਿਹੜੀ ਧਿਰ ਆ ਜਿਹੜੀ ਇਸ ਵੇਲੇ ਪੰਜਾਬ ਦੇ ਤੇ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਹਮਾਇਤ ਨਹੀਂ ਕਰ ਰਹੀ ਜੀ ਠੀਕ ਆ ਚਾਹੇ ਉਹ ਟ੍ਰੇਡ ਯੂਨੀਅਨਾਂ ਨਾ ਚਾਹੇ ਉਹ ਮਾਸਟਰ ਨੇ ਜੀ ਚਾਹੇ ਉਹ ਬੁੱਧੀਜੀਵੀ ਤਾਕਾ ਆ ਚਾਹੇ ਖਿਡਾਰੀ ਆ ਚਾਹੇ ਉਹ ਐਕਸ ਸਰਵਿਸਮੈਨ ਆ ਠੀਕ ਆ ਐਕਸ ਸਰਵਿਸਮੈਨ ਤੁਸੀਂ ਦੇਖੋ ਉਹਨਾਂ ਨੇ ਵੀ ਸਰਕਾਰ ੱਤਕਾ ਕਰ ਰਹੀ ਆ ਪੈਨਸ਼ਨਾਂ ਜਿਹੜੀਆਂ ਆ ਉਹ ਬੰਦ ਕਰ ਰਹੀ ਆ ਘਟਾ ਰਹੀ ਆ ਫੇਰ ਉਹਨਾਂ ਤੇ ਦੁਬਾਰਾ ਰਿਟਾਇਰਮੈਂਟ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਨੌਕਰੀ ਕਰਨ ਤੇ ਪਾਬੰਦੀਆਂ ਲਾ ਰਹੀ ਆ ਸੋ ਇਹ ਸਰਕਾਰ ਮੈਂ ਤਾਂ ਦੇਖ ਰਿਹਾ ਹਾਂ ਵੀ ਇਹ ਸਰਕਾਰ ਕਰ ਕੀ ਰਹੀ ਆ ਜੀ ਕਿਹੜੀਆਂ ਤਰ੍ਹਾਂ ਨੂੰ ਇਹ ਖੁਸ਼ ਕਰਨਾ ਚਾਹੁੰਦੀ ਆ ਤੇ ਦੇਸ਼ ਜਿਹੜਾ ਆ ਕਾਰਪੋਰੇਟਾਂ ਦੀ ਜ਼ਰਖਰੀਤ ਨਹੀਂ ਜੀ ਦੇਸ਼ ਇਸ ਦੇਸ਼ ਦੇ ਲੋਕਾਂ ਦਾ ਦੇਸ਼ ਆ ਜੀ ਇੱਥੋਂ ਦੇ ਕਿਰਤੀਆਂ ਦਾ ਦੇਸ਼ ਆ ਠੀਕ ਆ ਇੱਥੋਂ ਦੇ ਮਿਹਨਤ ਕਸ਼ ਵਰਗ ਦਾ ਦੇਸ਼ ਆ ਬਿਲਕੁਲ ਇਹ ਉਹੀ ਗੱਲ ਆ ਵੀ ਸੱਚ ਜਿਹੜਾ ਆ ਨਾ ਜੀ ਉਹਨੂੰ ਟੱਕ ਲੋ ਉਹਨੂੰ ਜੋ ਮਰਜ਼ੀ ਕਰ ਲੋ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਅੱਗ ਟੱਕੀ ਨਹੀਂ ਜਾ ਸਕਦੀ ਇਹਦੇ ਸੱਚ ਆ ਸੱਚ ਨੇ ਵੀ ਬਾਹਰ ਆਉਣਾ ਹੀ ਆ ਸੱਚ ਕਹਿੰਦੇ ਹੁੰਦੇ ਵੀ 100 ਪਰਦੇ ਪਾੜ ਕੇ ਬਾਹਰ ਆ ਜਾ ਹਾਂ ਬਿਲਕੁਲ ਤੇ ਇਹ ਸੱਚ ਆ ਪਿੱਛੇ ਸਰਕਾਰ ਨੂੰ ਐਨੇ ਸਾਲ ਲੱਗੇ 25 30 ਸਾਲ ਸਿੱਖਾਂ ਬਾਰੇ ਇਹ ਪ੍ਰਚਾਰ ਕਰਦੇ ਰਹੇ ਤੇ ਹੁਣ Hindu ਲੋਕੀ ਉੱਠ ਉੱਠ ਕੇ ਕਹਿ ਰਹੇ ਵੀ ਮੈਂ Hindu ਖਾਲਸਤਾਨੀ ਆ ਦੇਖੋ ਲੋਕ ਜਿਹੜੇ ਆ ਲੋਕ ਚਾਹੇ ਤੁਸੀਂ ਦੂਜੇ ਸੂਬਿਆਂ ਚ ਆਓ ਚਾਹੇ ਦੂਸਰੇ ਸੂਬਿਆਂ ਦੇ ਸਾਡੇ ਆਉਂਦੇ ਆ ਇਹੋ ਜੀ ਕੋਈ ਗੱਲ ਦੇਖਣ ਚ ਨਹੀਂ ਆਉਂਦੀ ਕਦੀ ਵੀ ਭਈ ਇਹ ਸਰਕਾਰਾਂ ਜਿਹੜੀਆਂ ਆ ਇਹ ਜਰੂਰ ਲੋਕਾਂ ਨੂੰ ਲੜਾਉਂਦੀਆਂ ਬਰਵਾਉਂਦੀਆਂ ਨੇ ਜੀ ਅੱਛਾ ਇੱਕ ਗੱਲ ਹੋਰ ਹੋਈ ਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੱਲ ਇੱਕ ਫੋਨ ਕੀਤਾ ਪੰਜਾਬ ਚ ਜੀ ਤੇ ਉਹ ਜਿਹੜੇ ਕਹਿੰਦੇ ਪੰਜਾਬ ਦੇ ਇੱਕ ਭੀਸ਼ਮ ਪਤਾਮਾ ਨੇ ਸਿਆਸਤ ਦੇ ਉਹਨਾਂ ਨੂੰ ਹੈਪੀ ਬਰਥਡੇ ਕਿਹਾ ਉਹਨਾਂ ਨੇ ਹਾਂਜੀ ਕੱਲ ਸੁਖਨਾਲ ਉਹਨਾਂ ਦਾ 93ਵਾਂ ਜਨਮ ਦਿਨ ਸੀਗਾ ਜੀ ਜੀ ਤਾਂ ਪ੍ਰਧਾਨ ਮੰਤਰੀ ਹੁਣੀ ਅਚੇਚਾ ਫੋਨ ਕਰਦੇ ਆ ਤਾ ਮੈਂ ਤਾਂ ਹੀ ਜਾਣਨਾ ਚਾਹੁੰਦਾ ਵੀ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਹੋਈ ਆ ਪ੍ਰਧਾਨ ਮੰਤਰੀ ਨੂੰ ਜੀ ਪਦਮਪੂਸ਼ਨ ਵੀ ਵਾਪਸ ਕਰਨ ਦੀ ਗੱਲ ਕਰਦੇ ਆ ਜੀ ਵਾਪਸ ਕਰ ਦਿੱਤਾ ਐਲਾਨ ਕਰ ਦਿੱਤਾ ਜੀ ਤੇ ਉਹਦੇ ਬਾਰੇ ਪ੍ਰਧਾਨ ਮੰਤਰੀ ਹੋਰੀ ਕੋਈ ਬਿਆਨ ਦਿੰਦੇ ਚਿੱਠੀ ਸੰਬੰਧੀ ਕੋਈ ਗੱਲ ਕਰਦੇ ਵੀ ਭਾਈ ਤੁਹਾਡੀ ਚਿੱਠੀ ਪਹੁੰਚ ਗਈ ਆ ਤੇ ਪਦਮਪੂਸ਼ਨ ਤੁਸੀਂ ਆਪਣੇ ਕੋਲ ਰੱਖੋ ਤੇ ਜਿਹੜੀਆਂ ਚਿੱਠੀ ਚ ਗੱਲਾਂ ਆ ਉਹਨਾਂ ਤੇ ਮੈਂ ਗੌਰ ਕਰਦਾ ਜੀ ਤੇ ਫਿਰ ਸ਼ਾਇਦ ਦੇਸ਼ ਵਾਸੀ ਇਸ ਗੱਲ ਨੂੰ ਚੰਗੀ ਤਰ੍ਹਾਂ ਲੈਂਦੇ ਪਰ ਹੁਣ ਤੇਜਪਾਲ ਜੀ ਪਈ ਇਹ ਗੱਲ ਨਾ ਲੋਕਾਂ ਨੂੰ ਲੋਕ ਇਸ ਗੱਲ ਨੂੰ ਦੂਸਰੀ ਤਰ੍ਹਾਂ ਲੈ ਰਹੇ ਆ ਉਹ ਕਹਿੰਦੇ ਇਹ ਇਹ ਲੋਕ ਕਿਉਂਕਿ ਪਿਆਲੀ ਰਹੀ ਆ ਲੰਮਾ ਅਰਸਾ ਪਿਆਲੀ ਰਹੀ ਆ 9 ਮਾਸ ਹੈ 9 ਮਾਸ ਦਾ ਕਹਿੰਦੇ ਸੀ ਸਾਡਾ ਰਿਸ਼ਤਾ ਆ ਉਹ ਕਦੀ ਅੱਡ ਨਹੀਂ ਹੋ ਸਕਦਾ ਜੀ ਜੀ ਤਾਂ ਇਹ ਨੂੰ ਲੋਕ ਇੱਕ ਚਾਲ ਵੱਜੋ ਜ਼ਰੂਰ ਦੇਖ ਰਹੇ ਆ ਕੱਲ ਦੇ ਪੇਸ਼ਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਨਵੀਂ ਚਾਲ ਚੱਲਣਗੇ ਵੀ ਕਿੱਦਾਂ ਕੀ ਕਰੀਏ ਆ ਵੀ ਇਹਨਾਂ ਨਾਲ ਕਿੱਦਾਂ ਜਿੱਟਣਾ ਗੇਮ ਖੇਡੀਏ ਹਾਂ ਵੀ ਕੋਈ ਨਵੀਂ ਜਿਹੜੀ ਆ ਨਾ ਖੇਡ ਖੇਡਣ ਦਾ ਆਗਾਜ਼ ਜ਼ਰੂਰ ਕੀਤਾ ਹੋ ਸਕਦਾ ਕੱਲ ਜੀ 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 ਅੱਛਾ ਦੇਖੋ ਹੁਣ ਤੁਸੀਂ ਇਹ ਹੋ ਗਿਆ ਵੀ ਇਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੇ ਕਹਿੰਦੇ ਜੋ ਡ੍ਰਿਫਟ ਆ ਗਈ ਆ ਉਹ ਆ ਗਈ ਆ ਜਦੋਂ ਇਹ ਆਪਸ ਦੇ ਵਿੱਚ ਥੋੜੀ ਜਿਆ ਟੁੱਟ ਗਏ ਆ ਤੇ ਦੂਜੇ ਪਾਸੇ ਅਕਾਲੀ ਦਲ ਵਾਲੇ ਬੰਦੇ ਹੁਣ ਪੰਜਾਬ ਤੋਂ ਬਾਹਰ ਨਿਕਲ ਕੇ ਨਵੀਆਂ ਪਿਆਲੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ। ਉਹਦੇ ਚ ਕਦੀ ਉਹ ਬੈਸਟ ਬੰਗਾਲ ਜਾਂਦੇ ਆ। ਹਾਂਜੀ। ਕਦੇ ਉਹ ਆਪਣੇ ਜਾਂਦੇ ਆ ਮਹਾਰਾਸ਼ਟਰਾ ਦੇ ਵਿੱਚ। ਚੰਦੂ ਮਾਜਰਾ ਸਾਹਿਬ, ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ। ਉਹਨੂੰ ਕਿਦਾਂ ਦੇਖਦੇ ਆ ਤੁਸੀਂ ਵੀ ਉਹ ਕੋਈ ਨਵਾਂ ਅਲਾਈਅੰਸ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਡੀ ਮਿਨਿਸਟਰੀ ਪੱਕੀ ਹੋ ਜਾਏ ਜੇ ਇਧਰੋਂ ਨਹੀਂ ਤਾਂ ਉਧਰੋਂ। ਇਹ ਇਹ ਵੀ ਕੋਈ ਵੱਡੀ ਗੱਲ ਨਹੀਂ ਵੀ ਇਹ ਵੀ ਕੇਂਦਰ ਦੀ ਇੱਕ ਚਾਲ ਹੋਵੇ ਇਹਨਾਂ ਦੀ ਸਾਂਝਤਾ ਰਹੀ ਆ ਉਹਨਾਂ ਦੇ ਨਾਲ। ਜੀ ਜੀ ਜੀ। ਵੀ ਇਧਰੋਂ ਉਧਰੋਂ ਲੋਕਾਂ ਨੂੰ ਗੰਢ ਤੁੱਪ ਕੇ ਤਾ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਜਾਂ ਅੰਦੋਲਨ ਨੂੰ ਫਿੱਕਾ ਪਾਉਣ ਲਈ ਇੱਕ ਨਵੀਂ ਧਿਰ ਉਹਦੇ ਬਰਾਬਰ ਖੜੀ ਕਰ ਦਿੱਤੀ ਜਾਵੇ ਜੀ ਸੋ ਉਹ ਵੀ ਅੱਜ ਕੱਲ ਵੱਡੇ ਜੋੜਾਂ ਚ ਨੇ ਪ੍ਰੇਮ ਸਿੰਘ ਚੰਦੂ ਮਾਜਰਾਹੋਰੀ ਸੁਖਨਾ ਇਹ ਸੁਣਨ ਚ ਆਇਆ ਭਈ ਉਹਨਾਂ ਕੋਲ ਵੀ ਜਿਹੜੇ ਸ਼ਾ ਰਹਾ ਆ ਉਹਨਾਂ ਦੇ ਠੇਕੇ ਹੈਗੇ ਆ ਠੀਕ ਆ ਕੌਮੀ ਮਾਰਗਾਂ ਦੇ ਤੇ ਸੁਭਾਸ਼ ਹੋਰੀ ਜਿਹੜੇ ਜੀਟੀਵੀ ਨੇ ਬਾਹਰ ਕਿਹਾ ਇਹ ਸਾਰੇ ਰਲ ਮਿਲ ਕੇ ਦੇਸ਼ ਨੂੰ ਖਾ ਰਹੇ ਆ ਇਹ ਚ ਕੋਈ ਦੋ ਰਾਵਾਂ ਨਹੀਂ ਇੱਕ ਦੂਜੇ ਬਾਰੇ ਬਿਆਨ ਸਿਰਫ ਲੋਕਾਂ ਨੂੰ ਸੁਣਾਉਣ ਦੇ ਦਿੰਦੇ ਆਂ ਅਦਰੋ ਸਭ ਇੱਕੋ ਹੀ ਨੇ ਅਦਰੋ ਸਾਰੇ ਇੱਕੋ ਹੀ ਨੇ ਸੋ ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਸਤੀ ਸਾਹਿਬ ਦੇਸ਼ ਦੇ ਵਿੱਚ ਪਿੱਛੇ ਜੇ ਜੋ ਹੋਇਆ ਸਭ ਨੇ ਦੇਖਿਆ ਜਦੋਂ ਆ ਕਰੋਨਾ ਦਾ ਟਾਈਮ ਸੀ ਲੋਕੀ ਸੜਕਾਂ ਤੇ ਤੁਰ ਕੇ ਹਜ਼ਾਰ ਹਜ਼ਾਰ 12 1200 ਕਿਲੋਮੀਟਰ ਤੱਕ ਜੀ ਪੈਦਲ ਚੱਲਦੇ ਗਏ ਜਿਨ੍ਹਾਂ ਛੋਟੇ-ਛੋਟੇ ਬੱਚੇ ਵੀ ਸੀ ਪੈਰ-ਪਾਟੇ ਭੁੱਖਣ ਭਾਣੇ ਭੁੱਖ ਨਾਲ ਮਰੇ ਉਹਨਾਂ ਦੀਆਂ ਮਾਵਾਂ ਵਿਚਾਰੀਆਂ ਗਰਭવતી ਮਾਵਾਂ ਨੇ ਬੱਚਿਆਂ ਨੂੰ ਰਸਤੇ 'ਤੇ ਜਨਮ ਦਿੱਤਾ ਤੇ ਸਾਡੀ ਸਰਕਾਰ ਕੋਈ ਸ਼ਰਮਾਇਆ ਨਹੀਂ ਸੀ ਕਿ ਉਹਨਾਂ ਲੋਕਾਂ ਲਈ ਕੁਝ ਅਰੇਂਜ ਕਰ ਸਕੇ ਨਾ ਇਹ ਸੀਗਾ ਹਾਂ ਇਹ ਕਹਿੰਦੇ ਜ਼ਰੂਰ ਆਸੀਂ ਬੜੇ ਲੋਕਾਂ ਨੂੰ ਰੋਟੀ ਦਿੱਤੀ ਖਾਣ ਨੂੰ ਪਰ ਇਹ ਵੀ ਹੈ ਨਹੀਂ ਸੀ ਕਿ ਇਹਨਾਂ ਨੇ ਕੋਈ ਦਿੱਤੀ ਹੋਵੇ ਹਾਂ ਲੰਗਰ ਜ਼ਰੂਰ ਚੱਲੇ ਨੇ ਗੁਰਦੁਆਰਿਆਂ 'ਚ ਜੋ ਅੱਜ ਵੀ ਚੱਲ ਰਿਹਾ ਹੈ ਸਿੰਘ ਸਿੱਖ ਹਮੇਸ਼ਾ ਹੀ ਉਹ ਚਲਾਉਂਦੇ ਨੇ ਹੁਣ ਹੁਣ ਇਹਨਾਂ ਕੋਲ ਪੈਸਾ ਵੀ ਆ ਗਿਆ ਤੇ ਨਵਾਂ ਪਾਰਲੀਮੈਂਟ ਹਾਊਸ ਕਹਿੰਦੇ ਅਸੀਂ ਬਣਾਉਣਾ ਹਾਂਜੀ ਉਹ ਮੈਂ ਤਾਂ ਇਸ ਕੱਲੋਂ ਹੈਰਾਨ ਆ ਤੇਜਪਾਲ ਜੀ ਕਿ ਨਵਾਂ ਪਾਰਲੀਮੈਂਟ ਹਾਊਸ ਬਣਾਉਣ ਦੀ ਕੀ ਲੋੜ ਪੈ ਗਈ ਆ ਬਿਲਕੁਲ ਉਹਦੇ ਚ ਕਈ ਕਰੋੜ ਜਿਹੜਾ ਆ ਉਹਦੀ ਲਾਗਤ ਹੋਣੀ ਆ ਭਈ ਸਾਡੀ ਪਾਰਲੀਮੈਂਟ ਦਾ ਜਿਹੜਾ ਭਵਨ ਆ ਪਾਰਲੀਮੈਂਟ ਭਵਨ ਉਹ ਇੱਕ ਪ੍ਰਤੀਕ ਵਜੋਂ ਉਹਨੂੰ ਆਪਾਂ ਦੇਖਦੇ ਆ ਆਪਣੇ ਆਪ ਵਿੱਚ ਬਹੁਤ ਖੂਬਸੂਰਤ ਹੈ ਉਹ ਬਿਲਕੁਲ ਉਹ ਆਪਣੇ ਉਹਨੂੰ ਡੈਮੋਕ੍ਰੇਸੀ ਏ ਦੀ ਪ੍ਰਤੀਕ ਵਜੋਂ ਦੇਖਿਆ ਜਾਂਦਾ ਜੀ ਤਾਂ ਇਹ ਇਹ ਨਵਾਂ ਪਵਨ ਬਣਾਉਣ ਦੀ ਕੀ ਲੋੜ ਪੈ ਗਈ ਆ ਇਹਦੇ ਵਿੱਚ ਵੀ ਇਹਦੀ ਅਸਾਰੀ ਵਿੱਚ ਵੀ ਫਿਰ ਜਿਹੜਾ ਆ ਉਹ ਸੀਮੈਂਟ ਬਜਰੀ ਮਰੀਤ ਜਿਹੜੀ ਆ ਉਹ ਖਾਧੀ ਜਾਊਗੀ ਉਹ ਖਾਧੀ ਜਾਏਗੀ ਤੇ ਇਹ ਇੱਕ ਆਪਣੇ ਢਿੱਡ ਭਰਨ ਦਾ ਆਪਣੀਆਂ ਤਜੌਰੀਆਂ ਭਰਨ ਦਾ ਇੱਕ ਨਵਾਂ 55 ਵਜੋਂ ਮੈਂ ਇਹਨੂੰ ਦੇਖ ਰਿਹਾ ਜੀ ਪਿੱਛੇ ਜਿਹੜਾ ਜਹਾਜ਼ ਵੀ ਖਰੀਦੇ ਸੀ ਉਹ ਵੀ ਇੱਦਾਂ ਖਰੀਦੇ ਹੋਣਗੇ ਹਾਂ ਭਈ ਇੱਕ ਬੰਨੇ ਤਾਂ ਜਿਹੜਾ ਆ ਉਹ ਦੇਸ਼ ਅੱਧਾ ਭੁੱਖਾ ਮਰ ਰਿਹਾ ਹੋਵੇ ਤੇ ਇੱਕ ਬੰਨੇ ਸਾਡੇ ਪ੍ਰਧਾਨ ਮੰਤਰੀ ਅ ਅਮਰੀਕਾ ਦੇ ਰਾਸ਼ਟਰਪਤੀ ਦੀ ਤਰਸ ਤੇ ਜਿਵੇਂ ਉਹਨਾਂ ਦਾ 에어 ਫੋਰਸ 1 ਆ ਇਸ ਤਰ੍ਹਾਂ ਜਹਾਜ਼ ਜਿਹੜਾ ਆ ਉਹ ਖਰੀਦ ਕੇ ਲਿਆਉਂਦੇ ਹੋਣ ਜੀ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਸਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਧੰਨਵਾਦ ਜੀ